ਸਾਰੇ ਦਰਸ਼ਕਾਂ ਦਾ ਅੱਜ ਦੇ ਮੁੱਦੇ ਦੇ ਵਿੱਚ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨਾਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਵਿਊਅਰਸ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਇਸ ਮੰਚ ਦੇ ਉੱਤੇ ਅਸੀਂ ਰੋਜ਼ਾਨਾ ਦੀ ਤਰ੍ਹਾਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ ਔਰ ਉਹਨਾਂ ਭਗਦੇ ਮਸਲਿਆਂ ਦੇ ਉੱਤੇ ਚਾੜਨਾ ਪਾਵਾਂਗੇ ਜੋ ਕਿ ਇੰਟਰਨੈਸ਼ਨਲ ਪੱਧਰ ਤੇ ਪਬਲਿਕ ਡੋਮੇਨ ਦੇ ਉੱਤੇ ਆਵਾਜ਼ ਬਣੇ ਹੋਏ ਹਨ। ਅੱਜ ਸ਼ੁਰੂਆਤ ਮੈਂ ਸੇਵਾ ਤੋਂ ਕਰਨਾ ਚਾਹੁੰਦਾ। ਅਸੀਂ ਕਹਿੰਦੇ ਹਾਂ ਕਿ ਮੈਂ ਸੇਵਾ ਕਰਨਾ ਚਾਹੁੰਦਾ, ਮੈਂ ਮਰ ਮਿਟਣਾ ਚਾਹੁੰਦਾ। ਅੱਜ ਸੇਵਾ ਦੀ ਜਿਹੜੀ ਪਰਿਭਾਸ਼ਾ ਹੈ ਉਹਦੇ ਉੱਤੇ ਅਸੀਂ ਚਾਨਣਾ ਪਾਵਾਂਗੇ ਕਿ ਇਹ ਪਰਿਭਾਸ਼ਾ ਸਾਨੂੰ ਕੀ ਸਿਖਾਉਂਦੀ ਆ। ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ ਕਈ ਸਿਆਸਤਦਾਨ ਆਏ, ਚੋਣਾਂ ਲੜੀਆਂ, ਭਾਵੇਂ ਉਹ ਰਾਜ ਸਭਾ ਦੇ ਵਿੱਚ ਗਏ, ਲੋਕ ਸਭਾ ਦੇ ਵਿੱਚ ਗਏ, ਵਿਧਾਨ ਸਭਾ ਦੇ ਵਿੱਚ ਗਏ, ਲੇਕਿਨ ਆਪਣੇ ਭਾਸ਼ਣ ਦੇ ਵਿੱਚ ਕਹਿੰਦੇ ਹੋਏ ਨਜ਼ਰ ਆਉਂਦੇ ਸੀਗੇ ਕਿ ਅਸੀਂ ਸੇਵਾ ਕਰਨਾ ਚਾਹੁੰਦੇ ਹਾਂ। ਸੇਵਾ ਤੋਂ ਮੈਨੂੰ ਯਾਦ ਆਉਂਦਾ ਕਿ 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਇਸ ਟਾਈਮ ਚੋਣ ਜਾਬਤਾ ਵੀ ਲੱਗਿਆ ਹੋਇਆ, ਲੇਕਿਨ ਉੱਥੇ ਦੂਜੇ ਪਾਸੇ ਪੂਰੇ ਦੇਸ਼ ਦੇ ਵਿੱਚ ਗੱਲ ਹੋ ਰਹੀ ਹੈ ਕਿ ਬਈ ਪ੍ਰਧਾਨ ਮੰਤਰੀ ਕੌਣ ਹੋਏਗਾ। ਖੈਰ, ਅੱਜ ਅਸੀਂ ਪ੍ਰਧਾਨ ਮੰਤਰੀ ਦੀ ਗੱਲ ਨਾ ਕਰਕੇ ਪੰਜਾਬ ਦੇ ਵੱਲ ਚਾਨਣਾ ਪਾ ਲੈਂਦੇ ਹਾਂ ਔਰ ਉੱਥੇ ਇਸ ਸੇਵਾ ਦੀ ਪਰਿਭਾਸ਼ਾ ਦੇ ਉੱਤੇ ਥੋੜ੍ਹੀ ਜਿਹੀ ਨਜ਼ਰ ਪਾ ਲੈਂਦੇ ਹਾਂ। ਲੰਬੇ ਸਮੇਂ ਤੋਂ ਹਰ ਸਿਆਸਤਦਾਨ, ਹਰ ਉਹ ਰਾਜਨੇਤਾ ਲੋਕਾਂ ਨੂੰ ਵਾਅਦੇ ਕਰਕੇ ਆਪਣੇ ਭਾਸ਼ਣ ਦੇ ਅਖੀਰਲੇ ਹਿੱਸੇ ਦੇ ਵਿੱਚ ਇਹ ਜ਼ਰੂਰ ਕਹਿੰਦਾ ਕਿ ਮੈਂ ਤਾਂ ਸੇਵਾ ਕਰਨ ਆਇਆ ਔਰ ਮੈਂ ਸੇਵਾ ਕਰਨਾ ਚਾਹੁੰਦਾ। ਠੀਕ ਹੈ, ਅਤੇ ਅੱਜ ਸੇਵਾ ਦੀ ਪਰਿਭਾਸ਼ਾ ਇਹੀ ਰਾਜਨੇਤਾ ਜਿਹੜੇ ਨੇ ਨਾ ਉਹਨੂੰ ਚੇਂਜ ਕਰਦੇ ਹੋਏ ਨਜ਼ਰ ਆ ਰਹੇ ਨੇ, ਕਿਉਂਕਿ ਖਬਰਾਂ ਸੋਸ਼ਲ ਮੀਡੀਆ ਦੇ ਉੱਤੇ, ਖਬਰਾਂ ਪੇਪਰਾਂ ਦੇ ਉੱਤੇ, ਖਬਰਾਂ ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਮਸਲਾ ਹੁਣ ਇੱਕ ਭਗਦਾ ਬਣਿਆ ਹੋਇਆ ਕਿ ਸੇਵਾ ਦੀ ਪਰਿਭਾਸ਼ਾ ਕੀ ਹੈ। ਅਸਲ ਮਾਇਨਿਆਂ ਦੇ ਵਿੱਚ ਪੰਜਾਬ ਦੀ ਸੇਵਾ ਕਰੇਗਾ ਕੌਣ ਔਰ ਪੰਜਾਬ ਦੇ ਵਿੱਚ ਸੇਵਾਦਾਰ ਕੌਣ ਹੋਏਗਾ। ਮੈਨੂੰ ਯਾਦ ਹੈ ਭਗਤ ਪੂਰਨ ਸਿੰਘ ਹੋਰੀ ਜਿਨ੍ਹਾਂ ਨੇ ਸੇਵਾ ਦੀ ਪਰਿਭਾਸ਼ਾ ਨੂੰ ਅਸਲ ਮਾਇਨਿਆਂ ਦੇ ਵਿੱਚ ਹੋਂਦ ਦੇ ਵਿੱਚ ਲੈ ਕੇ ਆਏ। ਨਾ ਕਦੀ ਉਹਨਾਂ ਨੇ ਰਾਜ ਸਭਾ ਮੰਗੀ, ਨਾ ਕਦੀ ਉਹਨਾਂ ਨੇ ਵਿਧਾਨ ਸਭਾ ਦਾ ਜ਼ਿਕਰ ਕੀਤਾ ਕਿ ਮੈਂ ਚੋਣ ਲੜਨਾ ਚਾਹੁੰਦਾ, ਨਾ ਕਦੀ ਲੋਕ ਸਭਾ, ਨਾ ਕਦੀ ਹੋਰ ਕੋਈ ਪੰਚਾਇਤੀ ਚੋਣਾਂ। ਔਰ ਅੱਜ ਵਿਸ਼ਵ ਪੱਧਰ ਦੇ ਵਿੱਚ ਸਤਿਕਾਰ ਮਿਲਦਾ ਉਹਨਾਂ ਨੂੰ, ਵਿਸ਼ਵ ਪੱਧਰ ਦੇ ਵਿੱਚ ਮਾਣ ਮਿਲਦਾ। ਪਿੰਗਲਵਾੜਾ ਸੰਸਥਾ ਜਿਹੜੀ ਹੈ ਉਹ ਜਦ ਹੋਂਦ ਦੇ ਵਿੱਚ ਆਉਂਦੀ ਔਰ ਹਰ ਕੋਈ ਉਹਦੀ ਸ਼ਲਾਘਾ ਕਰਦਾ ਹੋਇਆ ਨਜ਼ਰ ਆਉਂਦਾ। ਇਹ ਹੁੰਦੀ ਹੈ ਸੇਵਾ। ਲੇਕਿਨ ਅੱਜ ਦੇ ਸਿਆਸਤਦਾਨਾਂ ਨੇ ਸੇਵਾ ਦੀ ਪਰਿਭਾਸ਼ਾ ਨੂੰ ਹੀ ਬਦਲ ਕੇ ਰੱਖ ਦਿੱਤਾ। ਉਹ ਇਹ ਜ਼ਰੂਰ ਕਹਿੰਦੇ ਕਿ ਅਸੀਂ ਪਾਰਟੀ ਜੁਆਇਨ ਕੀਤੀ ਹੈ, ਅਸੀਂ ਚੋਣ ਲੜਾਂਗੇ। ਚਲੋ ਠੀਕ ਹੈ, ਡੈਮੋਕ੍ਰੇਸੀ ਦਾ ਹਿੱਸਾ ਹੈ, ਲੋਕਤੰਤਰ ਦੇ ਵਿੱਚ ਇਹ ਸਭ ਕੁਝ ਕਰਨਾ ਪੈਂਦਾ। ਅਸੀਂ ਇੱਕ ਵਾਰੀ ਆ ਕੇ ਸਵਾਦ ਜ਼ਰੂਰ ਲੈਣਾ ਚਾਹੁੰਦੇ ਹਾਂ। ਸਵਾਦਾਂ ਦੇ ਪੱਟੇ ਸਾਡੇ ਲੋਕ, ਸਵਾਦਾਂ ਦੇ ਪੱਟੇ ਸਾਡੇ ਰਾਜਨੇਤਾ ਅੱਜ ਪੰਜਾਬ ਨੂੰ ਅਤੇ ਦੇਸ਼ ਨੂੰ ਕਿਸ ਮੋੜ ਦੇ ਉੱਤੇ ਲਿਆ ਕੇ ਇਹਨਾਂ ਨੇ ਖੜ੍ਹਾ ਕਰ ਦਿੱਤਾ, ਇੱਕ ਸਵਾਲ ਆਪਣੇ ਆਪ 'ਚ ਬੜਾ ਅਜੀਬ ਹੈਗਾ। ਸਵਾਦ ਲੈਣਾ ਚਾਹੁੰਦੇ ਹਾਂ, ਅਸੀਂ ਸੇਵਾ ਕਰਨਾ ਚਾਹੁੰਦੇ ਹਾਂ। ਖਬਰ ਸੋਸ਼ਲ ਮੀਡੀਆ ਦੇ ਉੱਤੇ ਲੰਬੇ ਸਮੇਂ ਤੋਂ ਵਾਇਰਲ ਹੋ ਰਹੀ ਸੀ ਕਿ ਜਗਮੀਤ ਬਰਾੜ ਬਹੁਤ ਜਲਦ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕਰਨਗੇ ਔਰ ਅੱਜ ਉਸ ਖਬਰ ਦੇ ਉੱਤੇ ਮੋਹਰ ਲੱਗੀ ਹੈ। ਜਸ ਪੰਜਾਬੀ ਪਿਛਲੇ ਇੱਕ ਵੀਕ ਤੋਂ ਤੁਹਾਨੂੰ ਇਸ ਖਬਰ ਦੇ ਉੱਤੇ ਚਾੜਨਾ ਪਾ ਰਿਹਾ ਸੀਗਾ, ਅੱਜ ਇਸ ਖਬਰ ਦੇ ਉੱਤੇ ਮੋਹਰ ਜ਼ਰੂਰ ਲੱਗੀ ਹੈ ਕਿ ਜਗਮੀਤ ਬਰਾੜ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰ ਗਏ ਹਨ। ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਤਸਵੀਰਾਂ ਦੇ ਉੱਤੇ
ਕਿਵੇਂ ਉਹਨਾਂ ਦਾ ਨਿੱਘਾ ਸਵਾਗਤ ਸੁਖਬੀਰ ਬਾਦਲ ਵੱਲੋਂ ਕੀਤਾ ਜਾ ਰਿਹਾ ਹੈ। ਉਹੀ ਜਗਮੀਤ ਬਰਾੜ ਨੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜੋ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਸੁਖਬੀਰ ਬਾਦਲ ਨੂੰ ਘੇਰਦੇ ਹੋਏ ਨਜ਼ਰ ਆਏ, ਭਾਵੇਂ ਉਹ ਬੇਦਬੀਆਂ ਦੇ ਮਾਮਲੇ ਦੇ ਉੱਤੇ ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਆਏ। ਇਹ ਉਹੀ ਜਗਮੀਤ ਬਰਾੜ ਨੇ ਜੋ ਆਵਾਜ਼ ਪੰਜਾਬ ਸੀਗੇ, ਜਦ ਇਹ ਬੋਲਦੇ ਸੀਗੇ ਤਾਂ ਲੋਕ ਇਹਨਾਂ ਦੇ ਨਾਲ ਚੱਲਣਾ ਚਾਹੁੰਦੇ ਸੀਗੇ, ਕੰਧੇ ਦੇ ਨਾਲ ਕੰਧਾ ਮਿਲਾਉਣਾ ਚਾਹੁੰਦੇ ਸੀਗੇ, ਇਹਨਾਂ ਦੇ ਨਾਲ ਤੁਰਨਾ ਚਾਹੁੰਦੇ ਸੀਗੇ। ਇਹ ਉਹੀ ਜਗਮੀਤ ਬਰਾੜ ਨੇ ਜੋ ਅੱਜ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰ ਗਏ, ਭਾਵੇਂ ਕਾਂਗਰਸ ਦੇ ਵਿੱਚ ਗਏ, ਉੱਥੋਂ ਇਹਨਾਂ ਨੂੰ ਕੋਈ ਹੱਲਾਸ਼ੇਰੀ ਨਹੀਂ ਮਿਲੀ, ਭਾਵੇਂ ਆਮ ਆਦਮੀ ਪਾਰਟੀ ਨੂੰ ਬਾਹਰ ਤੋਂ ਸਪੋਰਟ ਕਰਨਾ ਹੋਵੇ, ਭਾਵੇਂ ਤ੍ਰਿਣਮੂਲ ਕਾਂਗਰਸ ਦਾ ਪ੍ਰਧਾਨ ਬਣਨਾ ਹੋਵੇ ਤਾਂ ਕਈ ਅਹੁਦੇ ਦੇ ਉੱਤੇ ਰਹੇ, ਭਾਵੇਂ ਫਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਦੇ ਤੌਰ 'ਤੇ ਦੋ ਵਾਰੀ ਇਹਨਾਂ ਨੇ ਚੋਣ ਵੀ ਲੜੀ। ਇਹ ਉਹੀ ਜਗਮੀਤ ਬਰਾੜ ਨੇ ਜੋ ਸੁੱਖੇ ਨੂੰ ਸੁੱਖੇ ਗੱਪੀ ਕਹਿੰਦੇ ਹੋਏ ਨਜ਼ਰ ਆਏ। ਅੱਜ ਜਗਮੀਤ ਬਰਾੜ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰ ਗਏ। ਇਹ ਹੈ ਉਹ ਸੇਵਾ, ਇਹ ਉਹ ਮੌਕਾ ਪ੍ਰਸਤੀ ਰਾਜਨੀਤੀ, ਇਹ ਹਨ ਉਹ ਮੌਕਾ ਪ੍ਰਸਤ ਰਾਜਨੇਤਾ ਜੋ ਅੱਜ ਪੰਜਾਬ ਨੂੰ ਅਤੇ ਪੂਰੇ ਦੇਸ਼ ਨੂੰ ਇੱਕ ਪਾਸੇ ਖੜਾ ਕਰ ਦਿੰਦੇ ਹਨ ਔਰ ਕਹਿੰਦੇ ਹਨ ਕਿ ਅਸੀਂ ਸੇਵਾ ਕਰਨਾ ਚਾਹੁੰਦੇ ਹਾਂ। ਕਿਵੇਂ ਸ਼ਲਾਘਾ ਕਰਦੇ ਹੋਏ ਨਜ਼ਰ ਆਏ ਬੀਬੀ ਹਰਸਿਮਰਤ ਕੌਰ ਬਾਦਲ ਦੀ, ਇੱਕ ਵਾਰੀ ਆਪਾਂ ਉਹਦੇ ਉੱਤੇ ਵੀ ਚਾਨਣਾ ਪਾ ਲੈਂਦੇ ਹਾਂ। ਬਹੁਤ ਥਾਵਾਂ 'ਤੇ ਕਿਹਾ ਕਿ ਮੈਂ ਵੀ ਮੇਰਾ ਛੋਟਾ ਭਰਾ ਔਰ ਅਕਾਲੀ ਦਲ ਦਾ ਪ੍ਰਧਾਨ ਇਸ ਦਾ ਲੱਕੀਐਸਟ ਮੈਨ ਔਨ ਅਰਥ ਜਿਨ੍ਹਾਂ ਨੂੰ ਹਰਸਿਮਰਤ ਕੌਰ ਬਾਦਲ ਵਰਗੀ ਧਰਮ ਪਤਨੀ ਮਿਲੀ ਹੈ, ਜਿਨ੍ਹਾਂ ਦਾ ਡਿਟਰਮੀਨੇਸ਼ਨ ਔਰ ਜਿਨ੍ਹਾਂ ਦੀ ਪੰਜਾਬ ਤੇ ਸਿੱਖ ਮਸਲਿਆਂ ਬਾਰੇ ਕੋਈ ਪਹਿਲਾ ਹਿੰਦੁਸਤਾਨ ਦਾ ਮੈਂਬਰ ਆਫ ਪਾਰਲੀਮੈਂਟ ਰਿਲੇਸ਼ਨਸ਼ਿਪ ਵਿਦ ਦਾ ਓਪੋਜੀਸ਼ਨ ਇਨ ਦਾ ਕੰਟਰੀ, ਸਭ ਵੱਡੇ ਨੇਤਾਵਾਂ ਦੇ ਨਾਲ ਆਪਦਾ ਇੱਕ ਪ੍ਰਭਾਵ ਹਿੰਦੁਸਤਾਨ ਦੀ ਰਾਜਨੀਤੀ ਤੇ ਉਹਨਾਂ ਨੇ ਛੱਡਿਆ। ਐਕਸੈਪਸ਼ਨ ਹੈ ਕਿ ਪਾਰਟੀਆਂ ਛੋੜ ਦੀ 37 ਸਾਲ ਕਾਂਗਰਸ ਵਿੱਚ ਰਹੇ, ਕਾਂਗਰਸ ਨੂੰ ਮੰਥਨ ਲਈ ਕਿਹਾ, ਕੇਵਲ ਕੋਈ ਅਪਸ਼ਬਦ ਨਹੀਂ ਕਿਹਾ ਕਿਸੇ ਲੀਡਰ ਬਾਰੇ। ਮੈਂ ਕਿਹਾ ਇੰਟਰੋਸਪੈਕਟ ਕਰੋ ਕਿ ਹਿੰਦੁਸਤਾਨ ਦੀ ਉਹ ਪਾਰਟੀ ਜਿਹੜੀ 400 ਬੰਦਾ ਲੈ ਕੇ ਆਉਂਦੀ ਹੈ ਅੱਜ ਕੇਵਲ 44 ਬੰਦਿਆਂ ਤੇ ਸਿਮਟ ਗਈ ਹੈ, ਪਲੀਜ਼ ਇੰਟਰੋਸਪੈਕਟ। ਲੇਕਿਨ ਉਹਦਾ ਗੁੱਸਾ ਕੀਤਾ ਪਾਰਟੀ ਨੇ ਔਰ ਮੈਨੂੰ ਰਸਤਾ ਬਾਹਰ ਦਾ ਦਿਖਾਇਆ। ਕੈਪਟਨ ਅਮਰਿੰਦਰ ਸਿੰਘ ਨੇ ਬਕਾਇਦਾ ਟਵੀਟ ਕੀਤਾ, ਉਹਨਾਂ ਨੇ ਕਿਹਾ ਕਿ ਦੋ ਦਿਨ ਪਹਿਲਾਂ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਗਾਲਾਂ ਕੱਢਦੇ ਹੋਏ ਨਜ਼ਰ ਆ ਰਹੇ ਸੀਗੇ ਔਰ ਕਾਂਗਰਸ ਜੁਆਇਨ ਕਰਨਾ ਚਾਹੁੰਦੇ ਸੀਗੇ ਔਰ ਚਾਹੁੰਦੇ ਸੀਗੇ ਕਿ ਮੈਨੂੰ ਬਠਿੰਡਾ ਤੋਂ ਤੁਸੀਂ ਉਮੀਦਵਾਰ ਜਿਹੜਾ ਉਹ ਐਲਾਨ ਦਿਓ, ਐਲਾਨ ਕਰਵਾ ਦਿਓ ਕਾਂਗਰਸ ਦੀ ਟਿਕਟ ਦੇ ਉੱਤੇ ਮੈਂ ਲੜਨਾ ਚਾਹੁੰਦਾ ਬਠਿੰਡਾ ਤੋਂ। ਲੇਕਿਨ ਅੱਜ ਮੌਕਾ ਪ੍ਰਸਤੀ ਔਰ ਮੌਕਾ ਪ੍ਰਸਤ ਰਾਜਨੇਤਾ ਆਪਣੇ ਆਪ ਹੀ ਮੀਡੀਆ ਦੇ ਸਾਹਮਣੇ ਐਕਸਪੋਜ਼ ਹੋ ਰਹੇ ਹਨ ਔਰ ਉਹਦੇ ਵਿੱਚ ਕੋਈ ਉਹਨਾਂ ਗੱਲਾਂ ਦੇ ਵਿੱਚ ਕੋਈ ਦੁਰਾਵਾਂ ਨਹੀਂ ਕਿ ਜਦ ਕੁਰਸੀ ਲੈਣੀ ਹੋਏ ਤਾਂ ਇਹ ਗਿਰਗਿਟ ਵਾਂਗ ਆਪਣਾ ਰੰਗ ਵੀ ਬਦਲ ਸਕਦੇ ਹਨ। ਇਹ ਹਨ ਉਹ ਰਾਜਨੇਤਾ ਜਿਨ੍ਹਾਂ ਦੇ ਉੱਤੇ ਅਸੀਂ ਇਤਬਾਰ ਕਰਦੇ ਹਾਂ, ਜਿਨ੍ਹਾਂ ਦੇ ਉੱਤੇ ਅਸੀਂ ਵਿਸ਼ਵਾਸ ਕਰਦੇ ਹਾਂ, ਔਰ ਜਦ ਇਹ ਵਿਸ਼ਵਾਸਘਾਤ ਕਰਦੇ ਹਨ ਤਾਂ ਫਿਰ ਸਾਨੂੰ ਦਰਦ ਹੁੰਦਾ, ਬਿਲਕੁਲ ਹੁੰਦਾ, ਔਰ ਦਰਦ ਤੁਹਾਨੂੰ ਵੀ ਹੁੰਦਾ ਹੋਏਗਾ ਕਿ ਅਸੀਂ ਇਹਨਾਂ ਦੇ ਉੱਤੇ ਵਿਸ਼ਵਾਸ ਕਿਉਂ ਕਰ ਲਏ। ਔਰ ਅੱਜ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਕੁਝ ਅਜਿਹੇ 4-5 ਆਗੂ ਹਨ, ਲੀਡਰਸ ਹਨ ਜੋ ਕਿ ਮੌਕਾ ਪ੍ਰਸਤੀ ਔਰ ਮੌਕਾ ਪ੍ਰਸਤ ਹਨ ਔਰ ਕਿਸੇ ਵੀ ਸਮੇਂ ਰੰਗ ਬਦਲ ਸਕਦੇ ਹਨ। ਲੇਕਿਨ ਪਿਓ ਅਤੇ ਪੁੱਤ ਸ਼ਲਾਘਾ ਕਰਦੇ ਹੋਏ ਜਗਮੀਤ ਬਰਾੜ ਦੀ ਜ਼ਰੂਰ ਨਜ਼ਰ ਆਏ, ਇੱਕ ਵਾਰੀ ਆਪਾਂ ਉਹਦੇ ਉੱਤੇ ਵੀ ਚਾਨਣਾ ਪਾ ਲੈਂਦੇ ਹਾਂ। ਸਰਦਾਰ ਜਗਮੀਤ ਸਿੰਘ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਨੇ ਔਰ ਭਾਵੇਂ ਉਹਨੂੰ ਘਰ ਵਾਪਸੀ ਕਹਿ ਦਿਓ ਭਾਵੇਂ ਸ਼ਾਮਲ ਹੋਏ, ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡੀ ਸ਼ਕਤੀ ਮਿਲੇਗੀ। ਬਰਾੜ ਸਾਹਿਬ ਸਾਡੇ ਸ਼੍ਰੋਮਣੀ ਅਕਾਲੀ ਦਲ ਵਾਪਸ ਆਏ, ਘਰ ਆਏ, ਮੈਂ ਕਹਿ ਸਕਦਾ ਬਹੁਤ ਵੱਡੀ ਤਾਕਤ ਬਲ ਸ਼੍ਰੋਮਣੀ ਅਕਾਲੀ ਦਲ ਨੂੰ ਪੂਰੇ ਪੰਜਾਬ ਤਾਂ ਮਿਲਿਆ ਇਸ ਇਲਾਕੇ 'ਚ ਤਾਂ ਬਹੁਤ ਬਲ ਮਿਲ ਗਿਆ। ਉਹਨਾਂ ਦੀ ਬਹੁਤ ਵਧੀਆ ਟੀਮ ਹੈ, ਡੈਡੀਕੇਟਡ ਟੀਮ ਹੈ ਤੇ ਮੇਰੀ ਸਿਆਸਤ ਚੋਂ ਮੈਂ ਜਿੰਨਾ ਤੱਕ ਮੇਰੀ ਸੋਚ ਹੈ ਜਾਂ ਮੈਂ ਮੇਰੀ ਸੋਚ ਹੈ ਟੀਮ ਮੈਂ ਟੀਮ ਨਾਲ ਲੜਦਾ ਹੁੰਦਾ, ਟੀਮ ਬਣਾ ਕੇ ਲੜਦਾ ਹੁੰਦਾ।
ਅੱਜ ਸਾਡਾ ਹੀ ਸਾਰਾ ਟੀਮ ਵਰਕ ਹੈ ਤੇ ਬਹੁਤ ਲੰਬੇ ਸਮੇਂ ਦੇ ਬਾਅਦ ਜਿੱਥੇ ਪਾਵੇ ਇੱਕ ਦੂਜੇ ਦੇ ਖਿਲਾਫ ਲੜਾਈਆਂ ਲੜੀਆਂ ਲੇਕਿਨ ਸਾਫ ਸੁਥਰੀ ਲੜਾਈਆਂ ਰਹੀਆਂ ਨੇ ਇਸ ਤਰ੍ਹਾਂ ਦੀ ਲੜਾਈਆਂ ਨਹੀਂ ਜਿੱਥੇ ਇੱਕ ਦੂਜੇ ਦੇ ਬਾਰੇ ਗਾਲੀ ਗਲੋਚ ਜਿਵੇਂ ਅੱਜ ਤਰ੍ਹਾਂ ਦੀ ਲੜਾਈਆਂ ਹੁੰਦੀਆਂ ਨੇ ਵਧੀਆ ਲੜਾਈ ਲੜੀ ਸਿਆਸੀ ਲੜਾਈਆਂ ਲੜੀਆਂ ਤੇ ਅੱਜ ਖੁਸ਼ੀ ਕੀ ਆਪਣੇ ਵੱਡੇ ਪਰਿਵਾਰ ਸਮੇਤ ਆਪਣੇ ਵਰਕਰਾਂ ਸਮੇਤ ਜਿਹੜਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਨੇ ਬਹੁਤ ਵੱਡਾ ਬਲ ਸਾਨੂੰ ਮਿਲੂਗਾ ਸਾਡੀ ਪਾਰਟੀ ਨੂੰ ਇਸ ਇਲਾਕੇ ਵਿੱਚ ਵੀ ਬਹੁਤ ਵੱਡੀ ਦੇਣ ਸਾਬਿਤ ਹੋ ਗਈ ਤਾਂ ਮੈਨੂੰ ਪੂਰਾ ਪੂਰਾ ਭਰੋਸਾ ਹੈ ਕਿ ਇਹਨਾਂ ਦੇ ਆਮ ਦੇ ਨਾਲ ਲੋਕਾਂ ਦੀ ਸੇਵਾ ਕਰਨ ਵਾਸਤੇ ਸਾਡੀ ਪਾਰਟੀ ਨੂੰ ਹੋਰ ਮੈਨੂੰ ਯਾਦ ਹੈ ਇਹ ਸੁਖਵੀਰ ਬਾਦਲ ਨੇ ਜੋ ਅਨਗਾਈਡਡ ਮਿਸਾਈਲ ਕਹਿੰਦੇ ਸੀਗੇ ਜਗਮੀਤ ਬਰਾੜ ਨੂੰ ਔਰ ਅੱਜ ਕਹਿੰਦੇ ਘਰ ਵਾਪਸੀ ਹੋਈ ਹੈ ਔਰ ਬਹੁਤ ਵਧੀਆ ਹੁੰਗਾਰਾ ਮਿਲੇਗਾ ਪਾਰਟੀ ਨੂੰ ਅੱਜ ਬਿਆਨਾਂ ਦੇ ਵਿੱਚ ਮੈਨੂੰ ਕੁਝ ਸਮਝ ਨਹੀਂ ਆਈ ਮੈਨੂੰ ਇਸ ਮੌਕਾ ਪ੍ਰਸਤੀ ਤੋਂ ਔਰ ਇਸ ਮੌਕਾ ਪ੍ਰਸਤ ਤੋਂ ਇਹ ਕੁਝ ਹੋਰ ਵੀ ਆਗੂ ਯਾਦ ਆ ਰਹੇ ਨੇ ਸ਼ਮਸ਼ੇਰ ਸਿੰਘ ਦੋਨੋਂ ਜਿਨ੍ਹਾਂ ਦੀ ਧਰਮ ਪਤਨੀ ਹਰਬੰਸ ਸਿੰਘ ਦੋਨੋਂ ਜੋ ਕਿ ਆਮ ਆਦਮੀ ਪਾਰਟੀ ਤੋਂ ਚੋਣ ਲੜਨ ਜਾ ਰਹੇ ਹਨ ਫਤਿਹਗੜ੍ਹ ਸਾਹਿਬ ਤੋਂ ਔਰ ਉਹ ਵੀ ਕਹਿੰਦੇ ਮੈਂ ਵੀ ਸੇਵਾ ਕਰਨਾ ਚਾਹੁੰਦੀ ਹਾਂ ਜਦ ਪੱਤਰਕਾਰਾਂ ਦੇ ਤਿੱਖੇ ਸਵਾਲ ਉਹਨਾਂ ਨੂੰ ਪੁੱਛੇ ਗਏ ਤਾਂ ਉਹਨਾਂ ਨੇ ਕਿਹਾ ਕਿ ਸੇਵਾ ਕਰਨ ਦੇ ਲਈ ਕਿਸੇ ਪਾਰਟੀ ਦੇ ਵਿੱਚ ਸ਼ਾਮਿਲ ਹੋਣਾ ਪੈਂਦਾ ਹੈ ਅਹੁਦੇਦਾਰੀ ਲੈਣੀ ਪੈਂਦੀ ਹੈ ਫਿਰ ਅਸੀਂ ਸੇਵਾ ਕਰਦੇ ਹਾਂ ਬਹੁਤ ਹੀ ਦੁੱਖ ਹੁੰਦਾ ਹੈ ਕਿ ਜਦ ਅਜਿਹੇ ਰਾਜਨੇਤਾ ਕੁਰਸੀ ਲੈਣ ਦੇ ਖਾਤਰ ਕੁਝ ਵੀ ਬਿਆਨ ਦੇ ਜਾਂਦੇ ਹਨ ਸ਼ਤਰੂਗਨ ਸਿਨਹਾ ਕੁਝ ਲੀਡਰ ਮੈਂ ਹੋਰ ਵੀ ਨਾਮ ਦੇ ਦਾਂ ਤੁਹਾਨੂੰ ਬੀਜੇਪੀ ਛੱਡ ਕੇ ਹੁਣ ਕਾਂਗਰਸ ਜੁਆਇਨ ਕਰ ਚੁੱਕੇ ਹਨ ਔਰ ਇਹ ਵੀ ਸਾਨੂੰ ਪਤਾ ਹੈ ਕਿ ਪਟਨਾ ਸਾਹਿਬ ਤੋਂ ਉਹ ਚੋਣ ਲੜਨਗੇ ਉਹਨਾਂ ਦੀ ਧਰਮ ਪਤਨੀ ਪੂਨਮ ਸਿਨਹਾ ਜੋ ਕਿ ਲਖਨਊ ਤੋਂ ਚੋਣ ਲੜਨ ਜਾ ਰਹੇ ਹਨ ਰਾਜਨਾਥ ਸਿੰਘ ਦੇ ਉਹ ਓਪੋਨੈਂਟ ਬਣੇ ਹਨ ਔਰ ਉੱਥੋਂ ਦੀ ਉਹ ਚੋਣ ਲੜਨਗੇ ਸਮਾਜਵਾਦੀ ਪਾਰਟੀ ਦੀ ਸਾਈਕਲ ਦੇ ਉੱਤੇ ਬੈਠ ਕੇ ਸਵਾਰ ਹੋਣਗੇ ਅਤੇ ਅਜਿਹੇ ਰਾਜਨੇਤਾ ਦੇਸ਼ ਦੇ ਵਿੱਚ ਜਦ ਕਹਿੰਦੇ ਹਨ ਕਿ ਮੈਂ ਸੇਵਾ ਕਰਨਾ ਚਾਹੁੰਦਾ ਤਾਂ ਇੱਕ ਵੱਡਾ ਸਵਾਲ ਬਣ ਜਾਂਦਾ ਫਿਰ ਇਹ ਮਸਲਾ ਨਹੀਂ ਬਣਦਾ ਫਿਰ ਇਹ ਮੁੱਦਾ ਬਣਦਾ ਕਰਾਂਗੇ ਅੱਜ ਦਾ ਮੁੱਦਾ ਇਸੇ ਦੇ ਉੱਤੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਅਤੇ ਜੀ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਹਾਂ ਜਗਮੀਤ ਬਰਾੜ ਦਾ ਨਵਾਂ ਸਿਆਸੀ ਜਿਹੜਾ ਪਾਕੀ ਹੈ ਜੀ ਔਰ ਕਿਵੇਂ ਅਕਾਲੀ ਦਲ ਦੇ ਵਿੱਚ ਉਹ ਜੁਆਇਨ ਹੋਏ ਔਰ ਬਣ ਗਏ ਹਨ ਅਕਾਲੀ ਮੇਰੇ ਨਾਲ ਫੋਨ ਲਾਈਨ 'ਤੇ ਮੌਜੂਦ ਹਨ ਸਤਪਾਲ ਸਿੰਘ ਬਰਾੜ ਜੋ ਕਿ ਬੁਲਾਰੇ ਹਨ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ ਮੇਰੇ ਨਾਲ ਫੋਨ ਲਾਈਨ 'ਤੇ ਮੌਜੂਦ ਹਨ ਸਤੀਸ਼ ਸ਼ਰਮਾ ਜੋ ਕਿ ਬੁਲਾਰੇ ਹਨ ਕਾਂਗਰਸ ਦੇ ਦੋਨਾਂ ਦਾ ਅਸੀਂ ਜੀ ਆਇਆਂ ਨੂੰ ਕਰਦੇ ਹਾਂ ਸਾਡੇ ਪ੍ਰੋਗਰਾਮ ਦੇ ਵਿੱਚ ਮੈਂ ਸ਼ੁਰੂਆਤ ਸਭ ਤੋਂ ਪਹਿਲਾਂ ਸਤੀਸ਼ ਸ਼ਰਮਾ ਜੀ ਹੋਰਾਂ ਤੋਂ ਕਰਨਾ ਚਾਹਾਂਗਾ ਸਤੀਸ਼ ਜੀ ਕਿਸ ਤਰੀਕੇ ਨਾਲ ਵੇਖ ਰਹੇ ਹੋ ਜਗਮੀਤ ਬਰਾੜ ਹੋਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਇਸ ਐਂਗਲ ਤੋਂ ਦੇਖ ਰਿਹਾ ਜੀ ਜਗਮੀਤ ਬਰਾੜ ਜੀ ਮੇਰੇ ਹਿਸਾਬ ਨਾਲ ਉਹ ਥੋੜ੍ਹਾ ਜਿਹਾ ਅਪਰਚੁਨਿਸਟ ਨਿਕਲੇ ਇਜ਼ ਵੈਰੀ ਲਰਨਡ ਪਰਸਨ ਜਿਹਨਾਂ ਨੇ ਕਾਂਗਰਸ 'ਚ ਬੜਾ ਆਪਣਾ ਵਜੂਦ ਬਣਾਇਆ ਮੈਂ ਜ਼ਰੂਰ ਕਹਾਂਗਾ ਕਿ 2016 ਦੇ ਵਿੱਚ ਉਹਨਾਂ ਨੂੰ ਪਾਰਟੀ ਕਾਂਗਰਸ ਤੋਂ ਕੱਢ ਦਿੱਤਾ ਗਿਆ ਠੀਕ ਹੈ ਜੀ ਠੀਕ ਹੈ ਉਹਨਾਂ ਨੇ ਆਪਣਾ ਪੋਲੀਟੀਕਲ ਕੈਰੀਅਰ ਨੂੰ ਕਾਇਮ ਰੱਖਣ ਵਾਸਤੇ ਤ੍ਰਿਣਮੂਲ ਕਾਂਗਰਸ ਬਣਾਈ ਜਿਹਦੇ ਵਿੱਚ ਉਹ ਪ੍ਰੈਜ਼ੀਡੈਂਟ ਰਹੇ ਉਹਦੇ ਵਿੱਚ ਵੀ ਲਾਸਟ ਈਅਰ ਉਹ ਕੁਇਟ ਕਰ ਗਏ ਮੇਨ ਮੰਤਵ ਉਹਨਾਂ ਦਾ ਸੀ ਕਿ ਦੁਬਾਰਾ ਕਿਸੇ ਤਰ੍ਹਾਂ ਕਾਂਗਰਸ 'ਚ ਐਂਟਰੀ ਮਿਲੇ ਮੈਂ ਚਾਹੁੰਦਾ ਦੱਸਣਾ ਚਾਹੁੰਦਾ ਇੱਥੇ ਕਿ ਉਹ ਇਨਸਾਨ ਜਿਹੜਾ ਅੱਜ ਤੋਂ ਕੁਝ ਹਫ਼ਤੇ ਪਹਿਲਾਂ ਪੂਰੀ ਟਰਾਈ ਕਰ ਰਿਹਾ ਸੀ ਉਹ ਕਹਿ ਰਿਹਾ ਸੀ ਕਿ ਪਲੀਜ਼ ਗਿਵ ਮੀ ਵਨ ਚਾਂਸ ਟੂ ਕਮ ਬੈਕ ਟੂ ਕਾਂਗਰਸ ਐਂਡ ਆਈ ਵਿਲ ਫਿਕਸ ਬਾਦਲ ਉਹ ਅੱਜ ਉਹਨਾਂ ਦੇ ਪੈਰ ਕਿਵੇਂ ਫੜ ਕੇ ਬੈਠ ਗਿਆ ਠੀਕ ਹੈ ਜੀ ਕਿਉਂਕਿ ਉਹ ਜ਼ਰੂਰ ਕਾਂਗਰਸ ਦੇ ਵਿੱਚ ਆਉਣਾ ਚਾਹੁੰਦੇ ਸੀ ਉਹਨਾਂ ਆਪਣੀ ਪੂਰੀ ਪੂਰਾ ਜ਼ੋਰ ਲਾਇਆ ਬਠਿੰਡੇ ਤੋਂ ਇਲੈਕਸ਼ਨ ਵੀ ਲੜਨਾ ਚਾਹੁੰਦੇ ਸੀ ਪਰ ਮੇਰਾ ਖਿਆਲ ਹੈ ਕਿ ਹਾਈ ਕਮਾਨ ਨੇ ਉਹਨਾਂ ਨੂੰ ਐਂਟਰੀ ਦੇਣ ਤੋਂ ਮਨਾ ਕਰਤਾ ਉਹਨਾਂ ਕੋਲ ਕੋਈ ਚਾਰਾ ਨਹੀਂ ਸੀ ਉਹ ਆਪਣਾ ਮੈਨੂੰ ਲੱਗਦਾ ਕਿ ਹੁਣ ਪੋਲੀਟੀਕਲ ਅਕਸ਼ ਗੁਆ ਚੁੱਕੇ ਨੇ ਉਹਨਾਂ ਕੋਲ ਚਾਰਾ ਕੋਈ ਨਹੀਂ ਸੀ ਉਹਨਾਂ ਜਾ ਕੇ ਹੁਣ ਜਿਹਨਾਂ ਬਾਦਲਾਂ ਨੂੰ ਫਿਕਸ ਕਰਨ ਦੀ ਗੱਲ ਕਰਦੇ ਸੀ ਅੱਜ ਉਹਨਾਂ ਦੇ ਪੈਰ ਫੜ ਲਏ ਸਤਪਾਲ ਜੀ ਇਸ ਗੱਲ ਦੇ ਵਿੱਚ ਕੋਈ ਦਰਾਵਾ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੀ ਕਲਾ ਹੈਗੀ ਹੈ ਕਿ ਤੁਸੀਂ ਇੱਕਦਮ ਘੇਰ ਲੈਂਦੇ ਹੋ ਔਰ ਆਪਣੀ ਪਾਰਟੀ ਦੇ ਵਿੱਚ ਲਿਆਉਂਦੇ ਹੋ ਔਰ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਘਰ ਵਾਪਸੀ ਹੋਈ ਹੈ ਸਤੀਸ਼ ਜੀ ਦੀ ਗੱਲ ਨੂੰ ਕਿਸ ਤਰੀਕੇ ਨਾਲ ਲੈ ਰਹੇ ਹੋ ਆਲੂਵਾਲੀਆ ਸਾਹਿਬ ਸਭ ਤੋਂ ਪਹਿਲਾਂ ਤਾਂ ਆਪ ਜੀ ਦੇ ਮਾਣ ਮੱਥੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਦੂਸਰੀ ਗੱਲ ਇਹ ਹੈ ਕਿ ਜੇ ਅਸੀਂ ਅਪਰਚੁਨਿਟੀ ਦੇ ਤੌਰ ਤੇ ਲੈਣਾ ਹੋਵੇ ਕੈਪਟਨ ਸਾਹਿਬ ਵੀ ਸਾਡੇ ਚੋਂ ਗਏ ਆ ਅਸੀਂ ਟਿਕਟ ਨੀ ਦਿੱਤੀ ਸੀ ਸਤੂਗੜ੍ਹ ਤੋਂ ਉਦੋਂ ਬਾਅਦ ਉਹ ਵਾਪਸ ਚਲੇ ਗਏ ਸੀ ਇਸ ਤਰ੍ਹਾਂ ਹੀ ਪੋਲੀਟਿਕਸ ਦੇ ਵਿੱਚ ਬਹੁਤ ਚੀਜ਼ਾਂ ਤੇ ਵਿਚਾਰ ਕਰਨਾ ਪੈਂਦਾ ਪਰ ਇੱਕ ਗੱਲ ਅੱਜ ਸਾਫ਼ ਹੋ ਗਈ ਹੈ ਕਿ ਕਾਂਗਰਸ ਪਾਰਟੀ ਕਦੇ ਵੀ ਕੋਈ ਵੀ ਲੀਡਰ ਜਿਹੜਾ ਪੰਜਾਬ ਮੁੱਦੇ ਤੇ ਸਿੱਖ ਮੁੱਦਿਆਂ ਤੇ ਗੱਲ ਕਰੂਗਾ ਪੰਜਾਬ ਦੇ ਹੱਕਾਂ ਦੀ ਗੱਲ ਕਰੂਗਾ ਉਹਨੂੰ ਬਰਦਾਸ਼ਤ ਨਹੀਂ ਕਰ ਸਕਦੀ ਔਰ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਪਾਰਟੀ ਹੈ ਜਿਹਦੇ ਵਿੱਚ ਉਹ ਆ ਕੇ ਮਾਣ ਮਹਿਸੂਸ ਕਰਦੇ ਆ ਸਤੀਸ਼ ਜੀ ਤੁਹਾਨੂੰ ਬਰਦਾਸ਼ਤ ਨਹੀਂ ਹੋ ਰਿਹਾ
ਬਰਾੜ ਸਾਹਿਬ ਆਵਾਜ਼ ਸ਼੍ਰੋਮਣੀ ਅਕਾਲੀ ਦਲ ਬਣ ਗਏ ਹੁਣ ਤਾਂ ਬਿਲਕੁਲ ਇਤਿਹਾਸ ਨਹੀਂ ਜਾਣਦੇ ਸ਼੍ਰੋਮਣੀ ਅਕਾਲੀ ਦਲ ਚੋਂ ਹੀ ਪੈਦਾ ਹੋਏ ਆ ਉਹਨਾਂ ਦੇ ਪਿਤਾ ਜੀ ਸਰਦਾਰ ਗੁਰਮੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਫਾਊਂਡਰ ਮੈਂਬਰਾਂ ਚੋਂ ਸਨ ਔਰ ਸਰਦਾਰ ਜਗਮੀਤ ਸਿੰਘ ਬਰਾੜ ਜਿਹੜੀ ਉਹਨਾਂ ਨੇ ਸਿੱਖ ਸਰੂਲ ਫੈਡਰੇਸ਼ਨ ਜਿਹੜੇ ਉਹਨਾਂ ਦੇ ਪਿਤਾ ਜੀ ਨੇ ਬੂਟੇ ਲਾਏ ਸੀ ਉਹਨੂੰ ਉਹਨਾਂ ਨੇ ਉਹਨੂੰ ਵੱਡਾ ਕੀਤਾ ਠੀਕ ਹੈ ਸਿਆਸਤ ਦੇ ਵਿੱਚ ਕਈ ਵਾਰੀ ਉਸ ਤਰ੍ਹਾਂ ਦੀਆਂ ਹਾਲਾਤ ਪੈਦਾ ਹੋ ਜਾਂਦੇ ਆ ਤੇ ਉਹ ਕਿਸੇ ਕਦੋਂ ਨਾਰਾਜ਼ ਹੋ ਕੇ ਸਾਥੋਂ ਦੂਰ ਚਲੇ ਗਏ ਪਰ ਜੇ ਤੁਸੀਂ ਗੌਰ ਨਾਲ ਵੇਖੋ 96 ਚ ਬੇਅੰਤ ਹੁੰਦੀ ਸਰਕਾਰ ਦੇ ਵੇਲੇ ਜਗਮੀਤ ਬਰਾੜ ਕਿੰਨੀ ਵਾਰ ਮੈਂ ਬਿਆਨ ਸੁਣਿਆ ਅੱਜ ਉਹੀ ਜਗਮੀਤ ਬਰਾੜ ਉਹਨਾਂ ਨੂੰ ਪਿਆਰਾ ਹੋ ਗਿਆ ਇਹੋ ਹੀ ਬੇਨਤੀ ਕਰਨ ਲੱਗਿਆ ਸਿਆਸਤ ਦੇ ਵਿੱਚ ਅਨਫਾਰਚੂਨੇਟਲੀ ਸਿਆਸਤ ਕੁਛ ਇਸ ਤਰ੍ਹਾਂ ਦੀ ਚੀਜ਼ ਹੈ ਤੇਰਾ ਫਿਰ ਮੌਕਾ ਪ੍ਰਸਤੀ ਦੀ ਰਾਜਨੀਤੀ ਹੋਈ ਨਾ ਫਿਰ ਤਾਂ ਸੇਵਾ ਭਾਵ ਤਾਂ ਨਹੀਂ ਵਿਖਰਿਆ ਜਦੋਂ ਜਾਗੋ ਉਦੋਂ ਹੀ ਸਵੇਰਾ ਸਰਦਾਰ ਜਗਮੀਤ ਸਿੰਘ ਬਰਾੜ ਨੇ ਬਿਲਕੁਲ ਸਹੀ ਫੈਸਲਾ ਲਿਆ ਕਾਂਗਰਸ ਪਾਰਟੀ ਇਸ ਮੌਕੇ ਜਿਹੜੀ ਅਨਫਾਰਚੂਨੇਟਲੀ ਝੂਠ ਤੇ ਫਰਾਡ ਨਾਲ ਹੋਣ ਚ ਆ ਗਈ ਹੈ ਸਰਕਾਰ ਉਹਦੇ ਨਸ਼ੇ ਚ ਆ ਕੇ ਉਹ ਆਪਦੇ ਇਕੱਲੀ ਜਗਮੀਤ ਸਿੰਘ ਬਰਾੜ ਦਾ ਕੇਸ ਨਹੀਂ ਗਾ ਤੁਸੀਂ ਜਿੱਥੇ ਮਰਜ਼ੀ ਵੇਖ ਲਓ ਸਤੀਸ਼ ਜੀ ਸਤੀਸ਼ ਜੀ ਸਤੀਸ਼ ਜੀ ਯੋਰ ਪੁਆਇੰਟ ਔਨ ਦਿਸ ਤੁਸੀਂ ਆਪ ਨੇ ਕਿੱਥੇ ਕਿੱਥੇ ਸਭ ਲੂਜ ਕਰ ਰਹੇ ਹੈ ਸਤੀਸ਼ ਜੀ ਯੋਰ ਪੁਆਇੰਟ ਔਨ ਦਿਸ ਕਈ ਵਾਰੀ ਅੰਨੇ ਵੀ ਨਿਸ਼ਾਨਾ ਲਾ ਜਾਂਦੇ ਇਹ ਨਿਸ਼ਾਨਾ ਤੋਂ ਲੱਗ ਗਿਆ ਜੀ ਬੜੇ ਸ਼ਿਕਾਰੀ ਨਾਲ ਸਮਝਣ ਪੰਜਾਬ ਦੇ ਲੋਕ ਸਮਝ ਚੁੱਕੇ ਆ ਪਾਰਟੀ ਹੋਣ ਰਹੀ ਸੀ ਕਿ ਵਾਅਦੇ ਕਿਹੜੇ ਕੀਤੇ ਸੀਗੇ ਕਰਜ਼ਾ ਮਾਫੀ ਹੱਤਿਆਵਾਂ ਪੰਜਾਬ ਦੇ ਵਿੱਚ ਕਿਸਾਨ ਹੱਤਿਆਵਾਂ ਜਿਹੜੀਆਂ ਖੁਦਕੁਸ਼ੀਆਂ ਨੂੰ ਖਤਮ ਕਰਾਂਗੇ ਔਰ ਤੁਸੀਂ ਅੱਜ ਕੀ ਹੋ ਰਿਹਾ ਜਗਮੀਤ ਬਰਾੜ ਦੇ ਉੱਤੇ ਹੀ ਅਸੀਂ ਫੋਕਸ ਰੱਖੀਏ ਵਾਪਸੀ ਹੋਈ ਹੈ ਆਲੂਵਾਲੀਆ ਸਾਹਿਬ ਉਹ ਆਪਣੇ ਪਰਿਵਾਰ ਚ ਆਏ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਤਰ੍ਹਾਂ ਦੇ ਡਿੱਗ ਨੇਤਾ ਦੀ ਲੋੜ ਸੀ ਹੁਣ ਇਹਨਾਂ ਨੂੰ ਇਹ ਪੁੱਛੋ ਵੀ ਇਹਨਾਂ ਨੇ ਉਦੋਂ ਸਵਾਲ ਕਿਉਂ ਨੀ ਕੀਤਾ ਜਦੋਂ ਜਗਮੀਤ ਬਰਾੜ ਸੁੱਖਾ ਗੱਪੀ ਕਹਿੰਦੇ ਸੀ ਅੱਜ ਉਹ ਪਾਰਟੀ ਜੁਆਇਨ ਕਰਕੇ ਤੁਹਾਨੂੰ ਕੀ ਪ੍ਰੋਬਲਮ ਹੋ ਰਹੀ ਆ ਮੈਂ ਤੁਹਾਨੂੰ ਦੱਸਦਾ ਜੀ ਬਰਾੜ ਸਾਹਿਬ ਦੱਸ ਰਹੇ ਨੇ ਉਹ ਕਾਂਗਰਸ ਦਾ ਮੈਨੂਫੈਸਟੋ ਦੱਸ ਰਹੇ ਨੇ ਕਿ ਉਹਨਾਂ ਨੇ ਕੀ ਵਾਅਦੇ ਕੀਤੇ ਕੀ ਨਹੀਂ ਕੀਤਾ ਪਰ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦਾ ਕਿ ਇਹ ਜਗਮੀਤ ਬਰਾੜ ਜੀ ਨੇ ਗੋਡੇ ਟੇਕ ਕੇ ਤਰਲੇ ਕੀਤੇ ਹਾਈ ਕਮਾਨ ਦੇ ਕਿ ਮੇਰਾ ਜਿੰਨਾ ਕੁ ਹੋਰ ਜੀਵਨ ਆ ਮੈਂ ਪੂਰਾ ਪੋਲੀਟੀਕਲ ਕੈਰੀਅਰ ਕਾਂਗਰਸ ਚ ਰੱਖਣਾ ਚਾਹੁੰਦਾ ਉਹਨਾਂ ਨੂੰ ਕੋਈ ਚਾਰਾ ਹੀ ਨਹੀਂ ਸੀ ਉਹਨਾਂ ਲਈ ਦਰਵਾਜ਼ੇ ਸਾਰੇ ਤੇ ਫਿਰ ਤੁਸੀਂ ਕਾਂਗਰਸ ਕਿਉਂ ਨਹੀਂ ਜੁਆਇਨ ਕਰਾਈ ਤੁਸੀਂ ਇਹਦਾ ਮੰਨਦੇ ਹੋ ਕਿ ਕਾਂਗਰਸ ਦੇ ਵਿੱਚ ਆਹ ਕਦਰ ਹੈ ਲੀਡਰਾਂ ਦੀ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਘਰ ਜਾ ਕੇ ਉਹਨਾਂ ਨੂੰ ਨਿਮਤਾ ਦੇ ਕੇ ਆਏ ਆ ਦੇਖੋ ਉਹਦੇ ਚ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਮਹਾਰਤ ਹਾਸਿਲ ਹੈ ਉਹਨੂੰ ਤੇ ਕੋਈ ਨਹੀਂ ਜਿੱਤ ਸਕਦਾ ਪਾਰਟੀ ਹਾਜ਼ਰ ਹੁੰਦੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਜੀ ਬਾਦਲ ਸਾਡੀ ਪੂਰੀ ਉੱਥੇ ਸਾਰੀ ਹਾਈ ਕਮਾਂਡ ਹਾਜ਼ਰ ਹੋਈ ਹੈ ਕਿਉਂਕਿ ਸਰਦਾਰ ਸੁਖਬੀਰ ਸਿੰਘ ਨੂੰ ਅਸੀਂ ਕਿਸੇ ਵੀ ਕੀਮਤ ਤੇ ਉਹਨਾਂ ਕੋਲ ਚੋਈਸ ਨਹੀਂ ਕਰਨਾ ਆਪਣੇ ਹਲਕੇ ਤੋਂ ਅੱਛਾ ਬਰਾੜ ਸਾਹਿਬ ਇੱਕ ਖਬਰ ਹੋਰ ਵੀ ਸਾਡੇ ਦਰਸ਼ਕਾਂ ਨੂੰ ਚਾਨਣਾ ਪਾ ਦਿਓ ਕਿ ਤੁਸੀਂ ਫਿਰੋਜ਼ਪੁਰ ਤੋਂ ਉਹਨਾਂ ਨੂੰ ਕੈਂਡੀਡੇਟ ਉਤਾਰ ਰਹੇ ਹੋ ਦੇਖੋ ਜੀ ਇਹ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੋਰ ਨੇ ਫੈਸਲਾ ਕਰਨਾ ਹੈ ਸਾਡੀ ਪਹੁੰਚ ਤੋਂ ਬਾਹਰ ਹੈ ਸਰਦਾਰ ਜਗਮੀਤ ਸਿੰਘ ਬਰਾੜ ਨੇ ਬਿਨਾਂ ਸ਼ਰਤ ਵਾਪਸੀ ਕੀਤੀ ਹੈ ਔਰ ਅਸੀਂ ਇਹ ਗੱਲ ਪੂਰਨ ਵਿਸ਼ਵਾਸ ਰੱਖਿਆ ਸੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਾਂਗਰਸ ਨਾਲੋਂ ਕਿਤੇ ਜ਼ਿਆਦਾ ਸਤਿਕਾਰ ਤੇ ਮਾਨਸਿਕ ਸਕੂਨ ਮਿਲੂਗਾ ਉਹਦਾ ਕਾਰਨ ਕੀ ਹੈ ਕਿ ਸਰਦਾਰ ਜਗਮੀਤ ਸਿੰਘ ਬਰਾੜ ਪੰਜਾਬ ਦੀ ਆਵਾਜ਼ ਹੈ ਪੰਜਾਬ ਹੈ ਜਗਮੀਤ ਬਰਾੜ ਕੀ ਤਰਕ ਦੇਣਾ ਚਾਹੋਗੇ ਉਸ ਵਾਜੇ ਪੰਜਾਬ ਸੀਗੇ ਜਦੋਂ ਕਾਂਗਰਸ ਚੋਂ ਬਾਹਰ ਖੜ ਦਿੱਤਾ ਉਸ ਤੋਂ ਬਾਅਦ ਨਵੀਂ ਪਾਰਟੀ ਟ੍ਰਾਈਮੋਲ ਕਾਂਗਰਸ ਉਹਦੇ ਪ੍ਰੈਜ਼ੀਡੈਂਟ ਰਹੇ ਔਰ ਲਾਸਟ ਈਅਰ ਉਹਨਾਂ ਨੇ ਕੁਇਟ ਕੀਤਾ ਉਸ ਪਾਰਟੀ ਨੂੰ ਵੀ ਕਿਉਂ ਕਿਉਂਕਿ ਉਹਨਾਂ ਕੋਲ ਉਹਨਾਂ ਨੇ ਦੇਖਿਆ ਕਿ ਮੇਰਾ ਪੋਲੀਟੀਕਲ ਕੈਰੀਅਰ ਜਿਹੜਾ ਨਾ ਉਹ ਹੁਣ ਕਿਸੇ ਪਾਸੇ ਜੋਗਾ ਨਹੀਂ ਦੇਖ ਰਿਹਾ ਜੀ ਉਹ ਕਾਂਗਰਸ ਬੜੇ ਤਰਲੇ ਕੀਤੇ ਈਵਨ ਮੈਂ ਤੁਹਾਨੂੰ ਦੱਸ ਰਿਹਾ ਉਹ ਵੇਲੇ ਵੀ
ਸਤਮਾ ਰਾਓ ਵਾਲੇ ਵੀ ਮੈਂਬਰ ਸੀਗੇ, ਉਹਨਾਂ ਨੇ ਸੱਚ ਬੋਲਿਆ, ਸੱਚ ਨਾਲ ਖੜਨ ਵਾਲੇ ਬੰਦੇ ਆ। ਇਹ ਗੱਲ ਵੱਖਰੀ ਹੈ, ਕਾਂਗਰਸ ਨੂੰ ਸੱਚ ਹਾਜ਼ਮ ਨਹੀਂ ਹੁੰਦਾ। ਅੱਜ ਮੈਂ ਤਾਂ ਕਹਿੰਦਾ ਇਹ ਕਹੂੰਗਾ ਕਿ ਕਾਂਗਰਸ ਵਾਸਤੇ ਕਾਲਾ ਦਿਨ ਹੈ, ਜਿਹਨਾਂ ਨੇ ਸਿੱਧੂ ਵਰਗੇ ਬੰਦੇ ਜਿਹੜੇ ਸ਼ਰਿਆਂ ਜਿਹਨੂੰ ਆਰ ਐਸ ਐਸ ਦੇ ਕਹਿੰਦੇ, ਜਿਹਨੂੰ ਜੱਫੀਆਂ ਪਾਈ ਫਿਰਦੇ ਆ, ਤੇ ਇੱਕ ਉਹ ਬੰਦਾ ਜਿਹੜਾ ਸਿੱਖ ਮਾਈਂਡਡ ਬੰਦਾ, ਫੈਡਰੇਸ਼ਨ ਦਾ ਬਾਨੀ ਹੈ, ਉਹ ਅੱਜ ਅਕਾਲੀ ਦਲ ਤੇ ਹੋਣ ਤੇ ਖੁਦ ਮੁੱਖ ਮੰਤਰੀ ਪੰਜਾਬ ਟਵੀਟ ਕਰ ਰਿਹਾ ਹੈ। ਤੁਸੀਂ ਸੋਚੋ ਸਤੀਸ਼ ਜੀ, ਇਹਨਾਂ ਦਾ ਕਹਿਣ ਦਾ ਭਾਵ ਹੈ ਤੁਹਾਨੂੰ ਦੁੱਖ ਹੈ ਤੁਸੀਂ ਜਗਮੀਤ ਬਰਾੜ ਨੂੰ ਗਵਾ ਲਿਆ, ਤੁਹਾਨੂੰ ਦੁੱਖ ਹੈ? ਬਿਲਕੁਲ, ਦੇਖੋ ਬਿਲਕੁਲ ਜਗਮੀਤ ਬਰਾੜ ਨੂੰ ਨਹੀਂ ਗਵਾਇਆ, ਕੋਈ ਦੁੱਖ ਨਹੀਂ ਕਾਂਗਰਸ ਨੂੰ। ਬਾਕੀ ਦੇਖੋ ਕਾਂਗਰਸ ਜੇ ਸੈਕੂਲਰ ਪਾਰਟੀ, ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ। ਜੇ ਤੁਸੀਂ ਸਿਰਫ ਇਹੀ ਕਹਿ ਰਹੇ ਕਿ ਉਹ ਸਿੱਖ ਧਰਮ ਬਾਰੇ, ਜਾਂ ਤੁਸੀਂ ਸਿੱਧੂ ਦਾ ਨਾਮ ਆਰ ਐਸ ਐਸ ਨਾਲ ਜੋੜ ਕੇ ਗੱਲ ਕਰਦੇ ਹੋ, ਮੈਂ ਉਸ ਗੱਲ ਨੂੰ ਥੋੜਾ ਜਿਹਾ, ਕਿਹੜੇ ਧਰਮਾਂ ਦੀ ਗੱਲ ਕਰ ਰਹੇ ਹੋ ਤੁਸੀਂ? ਤੁਹਾਡੇ ਹੱਥ ਕਾਂਗਰਸ ਪਾਰਟੀ ਦੇ, ਮਾਫ ਕਰਨਾ ਤੁਹਾਨੂੰ ਨਹੀਂ ਕਹਿ ਰਿਹਾ ਨਿੱਜੀ ਤੌਰ ਤੇ ਮੈਂ, ਮਿਹਰਬਾਨੀ ਮੇਰੇ ਕੋਲ ਸਮਾਂ ਨੀ ਹੈਗਾ, ਮੈਂ ਤੁਹਾਡੀ ਇਸ ਡਿਬੇਟ ਨੂੰ ਹੋਰ ਜਾਰੀ ਰੱਖਣਾ ਚਾਹੁੰਦਾ ਸੀਗਾ, ਲੇਕਿਨ ਸਮੇਂ ਦੀ ਘਾਟ ਹੋਣ ਦੇ ਕਾਰਨ ਮੈਨੂੰ ਤੁਹਾਨੂੰ ਇੱਥੇ ਹੀ ਰੋਕਣਾ ਪੈ ਰਿਹਾ। ਬਹੁਤ ਧੰਨਵਾਦ ਸਤਪਾਲ ਸਿੰਘ ਬਰਾੜ ਜੀ, ਬਹੁਤ ਬਹੁਤ ਧੰਨਵਾਦ ਸਤੀਸ਼ ਸ਼ਰਮਾ ਜੀ ਸਾਡੇ ਨਾਲ ਜੁੜਨ ਦੇ ਲਈ, ਆਪਣੀ ਗੱਲ ਰੱਖਣ ਦੇ ਲਈ। ਫਿਲਹਾਲ ਮੈਂ ਇੱਕ ਬ੍ਰੇਕ ਲਈ ਰੁਕ ਰਿਹਾ, ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ, ਲਵਾਂਗੇ ਤੁਹਾਡੀ ਫੋਨ ਕਾਲਸ, ਔਰ ਮੈਂ ਜਾਣਨਾ ਚਾਹੁੰਦਾ ਕਿ ਤੁਸੀਂ ਅੱਜ ਦੇ ਇਸ ਮੁੱਦੇ ਦੇ ਉੱਤੇ ਆਪਣੇ ਕੀ ਪ੍ਰਤੀਕਰਮ ਔਰ ਤਰਕ ਦੇਣਾ ਚਾਹੁੰਦੇ ਹੋ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਹਾਂ, ਮੈਂ ਅਕਾਲੀ ਹਾਂ, ਮੈਂ ਨਹੀਂ ਜਗਮੀਤ ਬਰਾੜ ਅੱਜ ਤੋਂ ਬਾਅਦ ਕਹਿੰਦੇ ਹੋਏ ਨਜ਼ਰ ਆਉਣਗੇ। ਜੀ ਹਾਂ, ਜੁਆਇਨ ਕਰ ਗਏ ਹਨ ਸ਼੍ਰੋਮਣੀ ਅਕਾਲੀ ਦਲ ਨੂੰ, ਔਰ ਅੱਜ ਉਹਨਾਂ ਦਾ ਨਿੱਘਾ ਸਵਾਗਤ ਸੁਖਬੀਰ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਬਕਾਇਦਾ ਤੌਰ ਦੇ ਉੱਤੇ ਕੀਤਾ ਗਿਆ। ਔਰ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਫਿਰੋਜ਼ਪੁਰ ਤੋਂ ਉਹਨਾਂ ਨੂੰ ਉਮੀਦਵਾਰ ਵੀ ਉਤਾਰਿਆ ਜਾ ਸਕਦਾ ਹੈ, ਅਤੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਏ ਜਗਮੀਤ ਬਰਾੜ ਔਰ ਸੀਨੀਅਰ ਆਗੂ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ, ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਘਰ ਵਾਪਸੀ ਹੋਈ ਹੈ। ਭਾਸ਼ਣ ਦੀ ਕਲਾ ਇਹਨਾਂ ਦੇ ਕੋਲ, ਦਲੇਰੀ ਇਹਨਾਂ ਦੇ ਕੋਲ, ਬਹੁਤ ਲੰਬੇ ਸਮੇਂ ਤੋਂ ਲੋਕ ਇਹਨਾਂ ਨੂੰ ਪਿਆਰ ਸਤਿਕਾਰ, ਇਹਨਾਂ ਨੂੰ ਮਾਣ ਦਿੰਦੇ ਹੋਏ ਨਜ਼ਰ ਆਏ, ਲੇਕਿਨ ਹੁਣ ਜਦ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੁਆਇਨ ਕਰਦੇ ਹਨ, ਔਰ ਉਸੀ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਕੁਝ ਸਾਲ ਪਹਿਲਾਂ, ਕੁਝ ਮਹੀਨੇ ਪਹਿਲਾਂ, ਕੁਝ ਦਿਨ ਪਹਿਲਾਂ ਗਾਲਾਂ ਕੱਢਦੇ ਹੋਏ ਔਰ ਉਹਦੇ ਪ੍ਰਤੀ ਆਪਣਾ ਰੋਸ਼ ਪ੍ਰਗਟ ਕਰਦੇ ਸਨ, ਅੱਜ ਕਿੱਥੇ ਖੜ੍ਹੇ ਹਨ ਜਗਮੀਤ ਬਰਾੜ? ਮੈਂ ਚਾਹੁੰਦਾ ਕਿ ਤੁਸੀਂ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰਕੇ ਆਪਣੇ ਪ੍ਰਤੀਕਰਮ, ਆਪਣੇ ਤਰਕ ਸਾਡੇ ਨਾਲ ਸਾਂਝੇ ਕਰੋ। ਕਾਫੀ ਸਾਰੇ ਕਾਲਰ ਸਿਸਟਮ ਫੋਨ ਲਾਈਨ ਦੇ ਉੱਤੇ ਜੁੜੇ ਹੋਏ ਹਨ, ਸ਼ੁਰੂਆਤ ਕਰਦੇ ਹਾਂ ਉਹਨਾਂ ਦੀ ਕਾਲਸ ਦੇ ਨਾਲ। ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਆਲੂ ਵਾਲੀਆ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਗੱਲ ਇਹ ਆ, ਜਿਹੜਾ ਜਗਮੀਤ ਬਰਾੜ ਸ਼੍ਰੋਮਣੀ ਅਕਾਲੀ ਦਲ ਵਿੱਚ ਰਲੇ ਆ ਜੀ, ਦੱਸਦੇ ਸੀ ਉਹਨਾਂ ਦੇ ਮੂੰਹੋਂ ਜ਼ੁਬਾਨ ਤੋਂ ਸੁਣਿਆ ਆ, 59 ਸਾਲ ਦੀ ਉਮਰ ਵਿੱਚ ਕਹਿੰਦੇ ਸੀ ਅਕਾਲੀਆਂ ਨੇ ਮੇਰਾ ਪੇ ਮਾਰ ਦਿੱਤਾ ਤਾਂ ਮੈਂ ਆਪਣੇ ਪੇ ਦਾ ਬਦਲਾ ਲੈਣਾ, ਜਦੋਂ ਸੁਖਬੀਰ ਕੋਲ ਇਹ ਜਿੱਤੇ ਸੀਗੇ। ਅੱਜ ਤੱਕ ਪਾਣੀ ਪੀ ਪੀ ਕੇ ਕੋਸਦੇ ਰਹੇ ਆ। ਦੇਖੋ ਜਿਹੜਾ ਅੱਜ ਦੇ ਟਾਈਮ ਵਿੱਚ ਜਿਹੜੀ ਪਿਛਲੀ ਪੀੜ੍ਹੀ ਸੀ, ਇੱਕ ਪੰਜਾਬ ਦੇ ਵਿੱਚ ਨਸ਼ਿਆਂ ਨੇ ਪੂਰੀ ਤਰ੍ਹਾਂ ਨੌਜਵਾਨੀ ਸਾਡੀ ਦਾ ਢਾਣ ਕਰ ਦਿੱਤਾ, ਉਹ ਹੈਗੇ ਮਜੀਠੀਆ। ਹਾਲੇ ਤੱਕ ਕੇਸ ਈਡੀ ਦੇ ਕੋਲ ਪਿਆ। ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ ਜਿਹੜੀ ਸੁਖਬੀਰ ਬਾਦਲ ਦੀ ਅਣਗਹਿਲੀ ਤੇ ਬਾਦਲਾਂ ਦੀ ਅਣਗਹਿਲੀ, ਤੇ ਉਧਰੋਂ ਨਕੋਦਰ ਵਿੱਚ ਚਾਰ ਗੱਭਰੂ ਮਾਰੇ, ਬਾਬਲ ਕਲਾਂ ਆਪਣੇ ਉੱਥੇ ਗੁਰੂ ਆਪਣੇ ਡਬਲ ਕਲਾਂ ਵਿੱਚ ਮਾਰੇ ਦੋ ਗੱਭਰੂ ਜਿਹੜੇ ਨਾਲ ਗੁਰੂਆਂ ਦੀ ਬੇਅਦਬੀ ਹੋਈ ਆ, ਉਹਨਾਂ ਦੇ ਚਰਨੀ ਜਾ ਕੇ ਬੈਠਣਾ, ਆਵਾਜ਼ੇ ਪੰਜਾਬ ਨੂੰ ਇਹ ਸੋਭਾ ਨਹੀਂ ਦਿੰਦੀ। ਜਿਹੜੀ ਮਾੜੀ ਮੋਟੀ ਵੀ ਇੱਜ਼ਤ ਹੈਗੀ ਸੀ ਉਹ ਇੱਜ਼ਤ ਖਤਮ ਹੋ ਗਈ ਆ। ਰਹਿ ਗਈ ਗੱਲ ਕੈਪਟਨ ਦੀ, ਕੈਪਟਨ ਨੂੰ ਆਪਣੀ ਈਗੋ ਛੱਡਣੀ ਚਾਹੀਦੀ ਆ। ਕੈਪਟਨ ਕਈਆਂ ਨੂੰ ਆਪਣੇ ਬਰਾਬਰ ਦਾ ਸਰੀਕਾ ਹੋਵੇ ਉਹਨੂੰ ਲਾਗੇ ਨਹੀਂ ਲੱਗਣ ਦਿੰਦਾ, ਨਾ ਅੱਜ ਤੱਕ ਸਿੱਧੂ ਨੂੰ ਲੱਗਣ ਦਿੱਤਾ। ਇਹ ਜਿਹੜੇ ਜਗਮੀਤ ਬਰਾੜ ਆ, ਬੁਲਾਰਾ ਆ, ਬਹੁਤ ਵਧੀਆ ਗੱਲਬਾਤ ਕਰਦੇ, ਏਦਾਂ ਵੀ ਕੋਈ ਹਾਲ ਤੱਕ ਇਹਨੂੰ ਦਾਗ ਨਹੀਂ ਹੈ, ਪਰ ਪਾਰਟੀਆਂ ਜ਼ਰੂਰ ਬਦਲ ਲੈਂਦੇ ਆ, ਇਹ ਇੱਕ ਡਿਫਰੈਂਟ ਚੀਜ਼ ਹੈ। ਸਿਰਫ ਇਹਦੇ ਲਈ ਇਹੀ ਚਾਹੀਦਾ ਸੀ ਵੀ ਅੱਜ ਦੇ ਟਾਈਮ 'ਚ ਬਾਦਲ ਬਿਲਕੁਲ ਜ਼ੀਰੋ ਹਾਸ਼ੀਏ ਤੇ ਆਏ ਆ। ਹਾਲੇ ਤੁਸੀਂ 28 ਤਰੀਕ ਨੂੰ ਦੇਖਿਓ ਕੀ ਹੋਣਾ ਪੰਜਾਬ ਦੇ ਵਿੱਚ, ਕੀ ਕੁਛ ਚੱਲ ਰਿਹਾ ਆ। ਸੁਖਪਾਲ ਖਹਿਰਾ ਨੂੰ ਤੁਸੀਂ ਹੁਣ ਕਿੱਥੇ ਵੇਖਦੇ ਹੋ?
ਅੱਜ ਦੇ ਟਾਈਮ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਜੀ ਗੱਲ, ਸੁਖਪਾਲ ਖਹਿਰੇ ਨੇ ਜਦੋਂ ਦੀ ਬੀਬੀ ਖਾਲੜਾ ਲੋਕਾਂ ਦੇ ਗੱਲ ਸੁਣ ਕੇ ਉਹਨਾਂ ਨੇ ਬੀਬੀ ਖਾਲੜਾ ਨੂੰ ਦੇਖੋ ਇਲੈਕਸ਼ਨ ਲੜਾਇਆ, ਔਰ ਜਿਹੜਾ ਅੱਜ ਦੇ ਟਾਈਮ 'ਚ ਬਾਦਲਾਂ ਵਾਲੀ ਲੈਨ ਹੈ ਜਿਹੜੀ ਨਾਲ ਨਾਲ ਪੈਂਦੀ ਆ ਰਾਜਸਥਾਨ ਦੇ, ਉੱਥੇ ਪਾਣੀ ਹੈ ਨੀ ਪੀਣ ਨੂੰ, ਲੋਕੀ ਅੰਨੇ ਬੱਚੇ ਜੰਮਦੇ ਆ, ਦੰਦ ਹੈ ਨੀ ਗੇ, ਅਧਰੰਗ ਆ, ਇੱਕ ਪਾਸਾ ਮਰਿਆ ਆ, ਔਰ ਜਿਹੜੀ ਲੰਬੀ ਏਰੀਆ ਆ ਉਹਦੇ ਵਿੱਚ ਜਾ ਕੇ ਦੇਖੋ ਉਹ ਬਾਦਲਾਂ ਦਾ ਏਰੀਆ ਆ, ਉਹਦੇ ਵਿੱਚ ਇਕੱਲਾ ਜਿਹੜਾ ਇਹਨਾਂ ਦਾ ਲੀਡਰ ਸੀਗਾ ਜਿਹੜਾ ਹੁਣ ਹਾਲੇ ਜੇਲ੍ਹ ਦਿੱਤਾ ਸੀ ਕੋਲਿਆਂ ਵਾਲੀ, ਉਹਦਾ ਵੀ ਕੋਈ ਚੱਕਰ ਨੀ, ਆਪਣਾ ਪਹੁੰਚ ਦੱਸਦੇ ਆ, ਅਮੀਰਾਂ ਦਾ ਕਾਨੂੰਨ ਹੋ ਰਿਹਾ, ਗਰੀਬਾਂ ਦਾ ਹੋ ਰਿਹਾ, ਉੱਥੇ ਲੋਕਾਂ ਦੇ ਕੋਲ ਨਾ ਸਕੂਲ ਆ, ਨਾ ਕੱਪੜਾ ਆ, ਨਾ ਦਵਾਈਆਂ ਆ, ਨਾ ਉਹਨਾਂ ਦੇ ਕੋਲ ਪਾਣੀ ਪੀਣ ਨੂੰ, ਬਹੁਤ ਦੁਰਦਸ਼ਾ ਹੋਈ ਪਈ ਆ। ਅਮੀਰ ਤਾਂ ਇਹ ਹੋਏ ਆ ਜਿੱਦਾਂ ਮੋਦੀ ਹੋਏ ਆ, ਅਮਿਤ ਸ਼ਾਹ ਦਾ ਮੁੰਡਾ 16,000 ਕਰੋੜ ਰੁਪਈਏ ਤੋਂ ਵੀ ਉੱਪਰ ਉਪਜਾ, 80 ਕਰੋੜ ਦਾ ਬਣ ਗਿਆ ਮਾਲਕ, ਇਹ ਅਮੀਰ ਹੋਏ ਆ, ਗਰੀਬ ਅਮੀਰ ਨਹੀਂ ਹੋਏ ਕੋਈ ਵੀ, ਗਰੀਬ ਵਿਚਾਰੇ ਹੋਰ ਗਰੀਬ ਹੈ। ਜਦੋਂ ਦਾ ਮੋਦੀ ਨੇ ਨੱਕ ਤੋੜਿਆ ਨੋਟਬੰਦੀ ਦਾ, ਪੂਰਾ ਖਤਮ ਹੋ ਚੁੱਕਾ ਇੱਕਦਮ ਇਹ, ਠੀਕ ਹੈ, ਇਹ ਤਾਂ ਰੱਬੇ ਬਖਸ਼ੇ ਇਹਨਾਂ ਨੂੰ, ਠੀਕ ਹੈ, ਲੋਕਾਂ ਨੂੰ ਅਕਲ ਚਾਹੀਦੀ, ਮਿਹਰਬਾਨੀ ਮਿਹਰਬਾਨੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ? ਹੈਲੋ ਹਰਕੀਰਤ ਜੀ, ਤੁਹਾਨੂੰ ਤੇ ਜਸ ਟੀਵੀ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ, ਆਪਣੀ ਗੱਲ ਰੱਖ ਸਕਦੇ ਹੋ। ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਮੈਂ ਪ੍ਰਗਟ ਸਿੰਘ ਬੱਲ, ਕੈਲੀਫੋਰਨੀਆ ਤੋਂ ਬੋਲਦਾ ਜੀ। ਜੀ ਪ੍ਰਗਟ ਸਿੰਘ ਜੀ, ਬੇਨਤੀ ਹੈ ਜੀ, ਕੀ ਬਣੂ ਦੁਨੀਆਂ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ। ਜੀ 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 ਜੀ, ਇਹ 2007 'ਚ 3% ਹੀ ਸ਼ਰਾਬ ਦੀ ਖਪਤ ਜੀ, ਹੁਣ ਵੱਧ ਕੇ 12% ਤੇ ਚਲ ਗਈ ਆ ਜੀ। ਤੁਸੀਂ ਹਿਸਾਬ ਲਾ ਲਓ ਵੀ ਕਿਹੜੇ ਮੁੱਦੇ ਤੇ ਕਿਹੜੀਆਂ ਗੱਲਾਂ ਤੇ ਕਿਹੜੇ, ਇਹੋ 15-20 ਬੰਦੇ ਹੈਗੇ ਆ। ਤੁਸੀਂ ਵੇਖੋ, ਇਹਨਾਂ ਦੇ ਫਾਦਰ ਵੀ ਮੰਤਰੀ ਰਹੇ ਬਰਾੜ ਸਾਹਿਬ ਦੇ, ਸੁਖਬੀਰ ਬਾਦਲ ਦੀ ਕੀ ਕੁਆਲੀਫਿਕੇਸ਼ਨ, ਉਹ ਵੀ ਮੁੱਖ ਮੰਤਰੀ ਦਾ ਮੁੰਡਾ ਵਾ। ਖਹਿਰਾ ਸਾਹਿਬ ਵੀ ਸਿੱਖਿਆ ਮੰਤਰੀ ਰਹੇ 2 ਵਾਰ ਉਹਨਾਂ ਦੇ ਫਾਦਰ, ਤੇ ਵੇਖ ਲਓ ਕਿੰਨਾ ਕੁ ਸੁਧਾਰ ਹੋਇਆ, ਤੇ ਮਹਾਰਾਜ ਤੇ ਅੱਗੇ ਹੀ ਮਹਾਰਾਜੇ ਆ ਜੀ। ਬੜੀ ਸ਼ਾਵਾ ਦੇਣ ਵਾਲੀ ਗੱਲ ਹੈ ਉਹਨੂੰ ਜੀ। ਵੇਖੋ 33% ਬਿੱਲ ਵੀ ਅਸੈਂਬਲੀ ਚ ਲਿਆਂਦਾ ਕੈਪਟਨ ਸਾਹਿਬ ਨੇ, ਉੱਤੇ ਵੀ ਰੌਲਾ ਥੱਲੇ ਵੀ ਰੌਲਾ ਪੈਂਦਾ ਰਹਿੰਦਾ ਜੀ, ਔਰਤਾਂ ਨੂੰ 33% ਦੇਣਾ ਜੀ, ਨਾ ਪਾਣੀ ਕਿਤੇ ਮੋੜਨਾ, ਨਾ ਕਿਤੇ ਪਹਾੜ ਵੱਢਣਾ, ਨਾ ਕਿਤੇ ਕੋਈ ਗੋਡੀ ਕਰਨੀ ਆ ਜੀ। ਤੇ ਤੁਸੀਂ ਵੇਖ ਲਓ ਵੀ 2 ਸੀਟਾਂ ਉਹਨਾਂ ਸ਼ਾਇਦ ਅੱਗੇ ਦਿੱਤੀਆਂ ਇਹਨਾਂ ਆਪ ਵਾਲਿਆਂ ਨੇ, ਤੀਜੀ ਦੂਲੋ ਵਾਲੀ ਦੇ ਕੇ ਚਲੋ 33% ਨਹੀਂ ਦੇ ਦੇ, ਕੋਸ਼ਿਸ਼ ਤੇ ਕਰਨ ਡੇ ਨਾ ਵੀ ਹੱਕ ਹੀ ਦੇ ਲਈਏ ਔਰਤਾਂ ਨੂੰ, ਠੀਕ ਹੈ। ਤੇ ਲੇਕਿਨ ਅੱਜ ਦੇ ਇਸ ਫੈਸਲੇ ਨੂੰ ਜਗਮੀਤ ਬਰਾੜ ਦਾ ਤੁਸੀਂ ਕਿਸ ਤਰੀਕੇ ਨਾਲ ਵੇਖਦੇ ਹੋ? ਜਗਮੀਤ ਬਰਾੜ ਵੇਖੋ ਜੀ, ਫਰੀਦਕੋਟ ਤੋਂ ਜਿੱਤਿਆ ਤੇ ਲੋਕਾਂ ਨੂੰ ਆਂਦਾ ਹੈ ਵੀ ਜਿਤਾ ਦੋ ਇੱਕ ਵਾਰ ਮੈਨੂੰ, ਮੈਂ ਵੇਖੋ ਹਨੇਰੀਆਂ ਲਿਆ ਦੋ, ਮੁੜ ਕੇ ਛੱਡ ਕੇ ਫਿਰੋਜ਼ਪੁਰ ਚਲ ਗਏ ਉੱਥੋਂ ਗਾਂ। ਤੁਸੀਂ ਇੱਕ ਸਾਰੇ ਜਿਹੜੇ ਮੇਰੇ ਵੀਰ ਬਰਾੜ ਸਾਹਿਬ ਵੀ ਆਏ, ਕਾਂਗਰਸ ਵਾਲੇ ਵੀ ਆਏ ਸੀ, ਤੁਸੀਂ ਵੀ ਬੜੇ ਵਿਚਾਰ ਦਿੱਤੇ, ਪਰ ਇੱਕ ਉਹਦਾ ਜੀਵਨ ਦਾ ਜਿਹੜੀ ਸਫਲਤਾ ਸੀ ਉਹਨੂੰ ਤੁਸੀਂ ਅੱਗੇ ਨਹੀਂ ਲਿਆਂਦਾ। ਇਹ ਤਵਾੜੀ ਕਾਂਗਰਸ ਦੇ ਵੀ ਪੰਜਾਬ ਦੇ ਪ੍ਰਧਾਨ ਰਹੇ, ਇਹਨਾਂ ਯੂਨਿਟ ਵੀ ਕਾਇਮ ਕੀਤਾ, ਉਹ ਤੁਸੀਂ ਭੁੱਲ ਗਏ ਜੇ ਬਰਾੜ ਸਾਹਿਬ ਦਾ ਜਿਹੜਾ ਸਫ਼ਰ ਸੀ ਜੀ। ਚਲੋ, ਉਹ ਆਪਾਂ ਉਹਨਾਂ ਨੂੰ ਯਾਦ ਦਵਾ ਦਾਂਗੇ। ਤੇ ਤੁਹਾਨੂੰ ਲੱਗਦਾ ਹੁਣ ਕੋਈ ਸਿਆਸੀ ਭਵਿੱਖ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੁਣ ਇਹਨਾਂ ਦਾ ਜਿਹੜਾ ਵੇਖੋ ਕੀ ਰਹਿ ਜਾਊਗਾ ਵੀ ਪੰਜਾਬ ਪੈ ਜੇ ਢੱਠੇ ਖੂਹ 'ਚ, ਇਹਨਾਂ 10-15 ਦਾ ਚਮਕਦਾ ਹੀ ਰਹਿਣਾ ਸਤਾਰਾ ਜੀ, ਭਾਵੇਂ ਜਿੱਧਰ ਮਰਜ਼ੀ ਜਾਣ। ਠੀਕ ਹੈ ਠੀਕ ਹੈ, ਤੇ ਤੁਹਾਨੂੰ ਲੱਗਦਾ ਕਿ ਸਤਾਰਾ ਇਹਨਾਂ ਦਾ ਚਮਕਦਾ ਰਹੇਗਾ? ਨਾ ਹੀ ਬਣ ਜਾਣਾ, ਆਵਾਜ਼ੇ ਪੰਜਾਬ ਰਹਿਣਗੇ, ਇਹਨਾਂ ਹੀ ਰਹਿਣਾ। ਤੁਸੀਂ ਵੇਖੋ ਜਦੋਂ ਬੰਦੇ 15 ਗਿਣ ਲਓ ਜਿਹੜੇ ਮੁਖੀਏ ਆ, ਭਾਵੇਂ ਪਾਰਟੀ ਹੁਣ ਸੁਖਪਾਲ ਖਹਿਰਾ ਸਾਹਿਬ ਨੇ ਜੀ ਜੀ, ਉਹਨਾਂ ਹੀ ਵੇਖੋ ਤੁਸੀਂ 20 ਸਾਲ ਉਹਨਾਂ ਕਾਂਗਰਸ ਚ ਲਾ ਲਏ, ਉਹਨਾਂ ਦਾ ਫਾਦਰ ਮੰਤਰੀ ਰਹੇ ਕਾਂਗਰਸ ਚ 2 ਵਾਰ ਅਕਾਲੀਆਂ ਚ, ਤੇ ਤੁਸੀਂ ਵੇਖੋ ਉਹ ਵੀ ਹੁਣ ਇਹਨਾਂ 2 ਵਾਰ ਪਾਰਟੀ ਬਣਾ ਕੇ ਜ਼ੋਰ ਲਾ ਲਿਆ, ਨਹੀਂ ਪੈਰ ਲੱਗੇ, ਨਹੀਂ ਪੈਰ ਲੱਗੇ, ਤੇ ਉਹ ਚਾਹੁੰਦੇ ਹਨ ਕਿ ਸਾਡੇ ਕੋਲ ਸੱਤਾ ਹੈ ਜੀ। ਬਿਲਕੁਲ, ਮੈਂ ਇਸ ਗੱਲ ਨਾਲ ਸਹਿਮਤੀ ਰੱਖਦਾ ਕਿ ਹਰ ਕੋਈ ਇਸ ਗੱਲ ਨੂੰ ਜ਼ਰੂਰ ਸਮਝਦਾ ਕਿ ਅਸੀਂ ਇੱਕ ਵਾਰੀ ਜ਼ਰੂਰ ਪਾਵਰ ਦੇ ਵਿੱਚ ਆਉਣਾ ਚਾਹੁੰਦੇ ਹਾਂ, ਲੇਕਿਨ ਉਹ ਪਾਵਰ ਦੇ ਵਿੱਚ ਆ ਕੇ ਜਿਸ ਪਾਰਟੀ ਦੇ ਨਾਲ ਉਹ ਰਾਬਤਾ ਕਾਇਮ ਰੱਖਦੇ ਹਨ ਉਹਦੇ ਵਿੱਚ ਜਦ ਕੰਮ ਨਹੀਂ ਕਰ ਪਾਉਂਦੇ, ਫਿਰ ਪਾਰਟੀ ਛੱਡਦੇ ਹਨ, ਦੂਜੀ ਪਾਰਟੀ ਦੇ ਵਿੱਚ ਜਾਂਦੇ ਹਨ ਔਰ ਉੱਥੇ ਫਿਰ ਸੇਵਾ ਭਾਵ ਦਿਖਾਉਂਦੇ ਹਨ, ਫਿਰ ਲੋਕਾਂ ਦੇ ਸਾਹਮਣੇ ਆਪਣੀ ਛਵੀ ਬਣਾਉਣ ਦੀ ਕੋਸ਼ਿਸ਼ ਕਰਦੇ ਹਨ, ਅਤੇ ਉਹ ਛਵੀ ਕਿਸ ਪਾਸੇ ਉਹਨਾਂ ਨੂੰ ਲੈ ਕੇ ਜਾਂਦੀ ਹੈ, ਇੱਕ ਵੱਡਾ ਸਵਾਲ ਜ਼ਰੂਰ ਬਣਦਾ। ਤੁਸੀਂ ਮੈਨੂੰ ਕਾਲ ਕਰਕੇ ਆਪਣੇ ਪ੍ਰਤੀਕਰਮ ਦੇ ਸਕਦੇ ਹੋ ਜਾਂ ਫਿਰ ਮੈਨੂੰ ਮੇਲ ਕਰ ਸਕਦੇ ਹੋ।
harkirat@justbroadcasting.com info@justbroadcasting.com ਦੇ ਉੱਤੇ ਸਮਾਂ ਇੱਥੇ ਸਿਰਫ ਇੱਕ ਨਿੱਕੇ ਜਿਹੇ ਬ੍ਰੇਕ ਦਾ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਇਸ ਮੰਚ ਦੇ ਉੱਤੇ ਵਿਚਾਰ ਅਸੀਂ ਕਰ ਰਹੇ ਹਾਂ ਜਗਮੀਤ ਸਿੰਘ ਬਰਾੜ ਜੋ ਕਿ ਹਾਲ ਫਿਲਹਾਲ ਦੇ ਵਿੱਚ ਜੁਆਇਨ ਕਰਕੇ ਗਏ ਹਨ ਜਿਨ੍ਹਾਂ ਨੇ ਜੁਆਇਨ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਔਰ ਅੱਜ ਹੱਲਾਸ਼ੇਰੀ ਜਿਹੜੀ ਆ ਉਹਨਾਂ ਨੂੰ ਸੀਨੀਅਰ ਲੀਡਰਸ ਦੀ ਤਰਫੋਂ ਮਿਲੀ ਹੈਗੀ ਆ ਔਰ ਆਵਾਜ਼ ਏ ਪੰਜਾਬ ਦਾ ਖਿਤਾਬ ਵੀ ਇਹਨਾਂ ਨੂੰ ਦਿੱਤਾ ਗਿਆ ਔਰ ਇਹਨਾਂ ਦੇ ਕੋਲ ਬਹੁਤ ਹੀ ਵਧੀਆ ਭਾਸ਼ਣ ਦੀ ਕਲਾ ਲੇਕਿਨ ਅੱਜ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕਰਦੇ ਹਨ ਤਾਂ ਤੁਹਾਨੂੰ ਕੀ ਲੱਗਦਾ ਮੈਂ ਚਾਹੁੰਦਾ ਕਿ ਤੁਸੀਂ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰਕੇ ਆਪਣੇ ਪ੍ਰਤੀਕਰਮ ਆਪਣੇ ਤਰਕ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਔਰ ਇਨ ਫਿਊਚਰ ਜਗਮੀਤ ਬਰਾੜ ਦਾ ਜਿਹੜਾ ਹੁਣ ਸਿਆਸੀ ਭਵਿੱਖ ਹੈ ਉਹ ਤੁਸੀਂ ਕਿਸ ਪਾਸੇ ਵੇਖਦੇ ਹੋ ਜਾਂ ਫਿਰ ਉਹ ਆਪਣਾ ਭਵਿੱਖ ਕਿਵੇਂ ਬਣਾ ਸਕਣਗੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿ ਗਏ ਅਤੇ ਇਹ ਇੱਕ ਵੱਡਾ ਸਵਾਲ ਜਿਹੜਾ ਜ਼ਰੂਰ ਬਣਦਾ ਅਤੇ ਇੱਥੇ ਮੈਂ ਜ਼ਰੂਰ ਇਸ ਗੱਲ ਨੂੰ ਕਹਿਣਾ ਚਾਹੁੰਦਾ ਕਿ ਸਿਆਸੀ ਗਲਿਆਰਿਆਂ ਦੇ ਵਿੱਚ ਇਹ ਵੀ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਫਿਰੋਜ਼ਪੁਰ ਤੋਂ ਇਹਨਾਂ ਨੂੰ ਉਮੀਦਵਾਰ ਜਿਹੜਾ ਬਤੌਰ ਉਤਾਰਿਆ ਜਾ ਸਕਦਾ ਹੈ ਰਾਏ ਸਿੱਖ ਵੋਟਾਂ ਉੱਥੇ ਬਹੁਤ ਹਨ ਫਿਰੋਜ਼ਪੁਰ ਦੇ ਵਿੱਚ ਅਤੇ ਸ਼ੇਰ ਸਿੰਘ ਘੁਬਾਇਆ ਜੋ ਕਿ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਤੋਂ MP ਰਹੇ ਲੇਕਿਨ ਹੁਣ ਹਾਲ ਫਿਲਹਾਲ ਦੇ ਵਿੱਚ ਉਹ ਪਾਰਟੀ ਛੱਡ ਕੇ ਕਾਂਗਰਸ ਜੁਆਇਨ ਕਰ ਚੁੱਕੇ ਹਨ ਔਰ ਖਬਰ ਇਹ ਵੀ ਸਾਹਮਣੇ ਆ ਰਹੀ ਸੀ ਕਿ ਸੁਖਬੀਰ ਬਾਦਲ ਖੁਦ ਆਪ ਉੱਥੋਂ ਦੀ ਚੋਣ ਲੜ ਸਕਦੇ ਹਨ ਲੇਕਿਨ ਹੁਣ ਜਗਮੀਤ ਬਰਾੜ ਨੂੰ ਜਦ ਅੱਜ ਜੁਆਇਨ ਕਰਾਇਆ ਜਾਂਦਾ ਬਾਕਾਇਦਾ ਤੌਰ ਦੇ ਉੱਤੇ ਕੀ ਹੁਣ ਜਗਮੀਤ ਬਰਾੜ ਫਿਰੋਜ਼ਪੁਰ ਤੋਂ ਚੋਣ ਲੜਨਗੇ ਇੱਕ ਵੱਡਾ ਸਵਾਲ ਇੱਥੇ ਬਣਦਾ ਲੋਕ ਸਭਾ ਚੋਣਾਂ ਦਾ ਜਿਹੜਾ ਬਿਗੁਲ ਭਾਰਤ ਦੇ ਵਿੱਚ ਵੱਜ ਚੁੱਕਿਆ ਉਹਦੀ ਸਿਆਸੀ ਹਵਾਵਾਂ ਪੰਜਾਬ ਦੇ ਵੱਲ ਜਾਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਔਰ ਜਦ ਪੰਜਾਬ ਦੀ ਗੱਲ ਹੁੰਦੀ ਹੈ ਤਾਂ ਹੌਟ ਸੀਟ ਬਣੀ ਹੋਈ ਹੈ ਅੰਮ੍ਰਿਤਸਰ ਫਿਰੋਜ਼ਪੁਰ ਜਲੰਧਰ ਅਤੇ ਇਹਨਾਂ ਸੀਟਾਂ ਦੇ ਉੱਤੇ ਕੌਣ ਜਿੱਤ ਕੇ ਸਾਹਮਣੇ ਆਏਗਾ ਇੱਕ ਵੱਡਾ ਸਵਾਲ ਇੱਥੇ ਬਣਿਆ ਹੋਇਆ ਲੇਕਿਨ ਹੁਣ ਮੌਕਾ ਪ੍ਰਸਤ ਰਾਜਨੇਤਾ ਓਪਰਚੁਨਿਟਿਸਟ ਲੀਡਰਸ ਅਸੀਂ ਕਹਿ ਸਕਦੇ ਹਾਂ ਹੁਣ ਫਲੋਟ ਹੋ ਰਹੇ ਹਨ ਇੱਧਰ ਉੱਧਰ ਕਿਉਂਕਿ ਹੁਣ ਸਵਾਲ ਹੈਗਾ ਕੁਰਸੀ ਦਾ ਔਰ ਸਵਾਲ ਹੈਗਾ ਸੇਵਾ ਭਾਵ ਦਾ ਜੋ ਕਿ ਇਹ ਖੁਦ ਆਪ ਰਾਜਨੇਤਾ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਇਹ ਵੀ ਮੈਨੂੰ ਬਿਆਨ ਸੁਣਨ ਦੇ ਵਿੱਚ ਮਿਲੇ ਕਿ ਜਗਮੀਤ ਬਰਾੜ ਹੁਣ ਫੁੱਟਬਾਲ ਹੋ ਗਏ ਹਨ ਕਿਉਂਕਿ ਕਦੀ ਕੋਈ ਲੱਤ ਮਾਰਦਾ ਤਾਂ ਕਿਸੇ ਪਾਰਟੀ ਦੇ ਵੱਲ ਕਦੀ ਕੋਈ ਲੱਤ ਮਾਰਦਾ ਤਾਂ ਫਿਰ ਕਿਸੇ ਪਾਰਟੀ ਦੇ ਵੱਲ ਤਾਂ ਹੁਣ ਬਕਾਇਦਾ ਤੌਰ ਦੇ ਉੱਤੇ ਸੌਕਰ ਦੀ ਜਿਹੜੀ ਗੇਮ ਤੁਸੀਂ ਵੇਖਦੇ ਹੋ ਕਿ ਫੁੱਟਬਾਲ ਇੱਕ ਪਾਸੇ ਤੋਂ ਦੂਜੇ ਪਾਸੇ ਜਾਂਦੀ ਹੈ ਤਾਂ ਜਗਮੀਤ ਬਰਾੜ ਦਾ ਵੀ ਸਿਆਸੀ ਭਵਿੱਖ ਇਹ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਅਸੀਂ ਤੰਜ ਕੱਸਦੇ ਹੋਏ ਜਗਮੀਤ ਬਰਾੜ ਦੇ ਉੱਤੇ ਨਜ਼ਰ ਆ ਰਹੇ ਹਨ ਲੇਕਿਨ ਹੁਣ ਵੱਡਾ ਸਵਾਲ ਇੱਥੇ ਸਿਰਫ ਇੱਕ ਇਹੀ ਬਣਦਾ ਕਿ ਉਹੀ ਰਾਜਨੇਤਾ ਹਨ ਜੋ ਵਾਕਈ ਹੀ ਆਪਣੇ ਮਨ ਮੰਦਰਾਂ ਦੇ ਵਿੱਚ ਇਹ ਸੋਚਦੇ ਹਨ ਕਿ ਅਸੀਂ ਪੰਜਾਬ ਦੇ ਭਵਿੱਖ ਨੂੰ ਸੁਨਹਿਰਾ ਕਰਨਾ ਅਸੀਂ ਪੰਜਾਬ ਦੇ ਵਿੱਚ ਖੁਸ਼ਹਾਲੀ ਲੈ ਕੇ ਆਉਣੀ ਹੈ ਜਾਂ ਫਿਰ ਇਹਨਾਂ ਦੇ ਸਿਰਫ ਸਿਆਸੀ ਭਾਸ਼ਣ ਹੀ ਸਾਨੂੰ ਸੁਣਨ ਨੂੰ ਮਿਲਦੇ ਹਨ ਮੇਰੇ ਨਾਲ ਫੋਨ ਲਾਈਨ ਦੇ ਉੱਤੇ ਇਸ ਟਾਈਮ ਸੁਖਪਾਲ ਖਹਿਰਾ ਜਿਹੜੇ ਨੇ ਉਹ ਜੁੜ ਚੁੱਕੇ ਹਨ ਉਹ ਕਿਸ ਤਰੀਕੇ ਨਾਲ ਜਗਮੀਤ ਬਰਾੜ ਨੂੰ ਵੇਖਦੇ ਹਨ ਜਦ ਇਹ ਕਹਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨਜ਼ਰ ਆਉਂਦੇ ਹਨ ਕਿ ਉਹਨਾਂ ਦੀ ਘਰ ਵਾਪਸੀ ਹੋਈ ਹੈ ਖਹਿਰਾ ਸਾਹਿਬ ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ ਹਾਂਜੀ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਨੂੰ ਫਤਿਹ ਅਰਜ਼ ਹੈ ਜੀ ਖਹਿਰਾ ਸਾਹਿਬ ਮੈਂ ਸਮਝਦਾ ਕਿ ਇਹ ਜਗਮੀਤ ਦਾ ਫੈਸਲਾ ਅਨਪੋਪੂਲਰ ਹੈ ਜੀ ਜੀ ਇਹ ਲੋਕਾਂ ਦੇ ਉਮੀਦਾਂ ਦੇ ਅਨੁਕੂਲ ਨਹੀਂ ਗਾ ਜਗਮੀਤ ਸਿੰਘ ਗਾਰਡ ਨੇ ਸਾਰੀ ਜ਼ਿੰਦਗੀ ਬਾਦਲ ਪਰਿਵਾਰ ਨੂੰ ਟਾਰਗੇਟ ਕੀਤਾ ਇਹ ਕਹਿ ਕੇ ਨਾ ਸਿਰਫ ਇਹਨਾਂ ਨੇ ਪਰਸਨਲ ਰੰਜਿਸ਼ ਕੱਢੀ ਆ ਇਹਨਾਂ ਦੇ ਪਿਤਾ ਜੀ ਦੇ ਨਾਲ ਬਲਕਿ ਉਸ ਤੋਂ ਬਾਅਦ ਕੌਨਸਟੈਂਟਲੀ ਇਹਨਾਂ ਨੂੰ ਕਰਪਟ ਕਹਿ ਕੇ ਇਹਨਾਂ ਨੂੰ ਬੇਈਮਾਨ ਕਹਿ ਕੇ ਇਹਨਾਂ ਨੂੰ ਪੰਜਾਬ ਵਿਰੋਧੀ ਕਹਿ ਕੇ ਪਿਛਲੇ ਕੁਛ ਦਹਾਕਿਆਂ ਤੋਂ ਉਹਨਾਂ ਨੇ ਬੜੇ ਸਿੱਧੇ ਹਮਲੇ ਕੀਤੇ ਹੁਣ ਉਹਨਾਂ ਦੀ ਕੀ ਮਜਬੂਰੀ ਹੋਈ ਹੈ ਮੈਨੂੰ ਨੀ ਸਮਝ ਆਈ ਵੈਸੇ ਮੈਂ ਪਰਸਨਲੀ ਜਗਮੀਤ ਬਰਾੜ ਦੀ ਇੱਜ਼ਤ ਕਰਦਾ ਵਾ ਇਹ ਨੀ ਹੈਗੀ ਗੱਲ ਇਜ਼ ਅ ਲਰਨਡ ਪਰਸਨ ਇਜ਼ ਅ ਗੁੱਡ ਓਰੇਟਰ ਆਪਣੀ ਕੌਮ ਦੇ ਵਿੱਚੋਂ ਆਪਣੇ ਪੰਜਾਬ ਦੇ ਚੰਗੇ ਆਗੂਆਂ ਚ ਉਹਨਾਂ ਦਾ ਨਾਮ ਆਉਂਦਾ ਵਾ ਪਰ ਇਹਨਾਂ ਨੇ ਫੈਸਲਾ ਕਿਉਂ ਲਿਆ ਇਹ ਮੇਰੀ ਸਮਝ ਤੋਂ ਟੋਟਲੀ ਬਾਹਰ ਆ ਨਾ ਮੇਰੇ ਨਾਲ ਵੀ ਨੀ ਸਲਾਹ ਕਰਦੇ ਜਾਂ ਕਿਤੇ ਪੁੱਛ ਲੈਂਦੇ ਤੇ ਮੈਂ ਕਦੀ ਵੀ ਉਹਨਾਂ ਨੂੰ ਇਸ ਗਲਤ ਫੈਸਲੇ ਵੱਲ ਨਾ ਜਾਣ ਦਿੰਦਾ ਤੇ ਇਸ ਤੋਂ ਅੱਗੇ ਜਿਹੜੀ ਗਲਤੀ ਕੀਤੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੇ ਉਹਦਾ ਜਿਹੜਾ ਟੈਕਸਟ ਮੈਸੇਜਸ ਭੇਜੇ ਸੀ ਉਹਨੇ ਉਹਨਾਂ ਨੂੰ ਪਰਸਨਲ ਟੈਕਸਟ ਮੈਸੇਜਸ ਟੈਲੀਫੋਨ ਤੇ ਇੱਕ ਚੀਫ ਮਿਨਿਸਟਰ ਇੱਕ ਅਮਰਿੰਦਰ ਸਿੰਘ ਲੈਵਲ ਦੇ ਬੰਦੇ ਨੇ ਉਹ ਚੱਕ ਕੇ ਪਬਲਿਕ ਨੂੰ ਰਿਲੀਜ਼ ਕਰਤੇ ਤੁਸੀਂ ਇਹਨਾਂ ਦੀ ਕਮਿਊਨਿਟੀ ਦੇਖੋ ਤੁਸੀਂ ਇਹਨਾਂ ਦੇ ਲੈਵਲ ਆਫ ਪੋਲਿਟਿਕਿੰਗ ਦੇਖੋ ਇਹ ਕਿੱਥੋਂ ਬੋਲਦੇ ਨੇ ਕਿੱਥੋਂ ਸੋਚਦੇ ਨੇ ਕਿੰਨੇ ਕਿਸ ਪੱਧਰ ਤੱਕ ਗਿਰ ਸਕਦੇ ਨੇ ਇੱਕ ਆਦਮੀ ਨੇ ਜੇ ਫਰਜ ਕਰੋ ਕੋਈ ਟੈਕਸਟ ਮੈਸੇਜ ਭੇਜ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੂੰ ਲਿਖ ਕੇ ਉਹਦੇ ਬੜਾ ਰਿਸਪੈਕਟਫੁਲੀ ਤੇ ਤੁਸੀਂ ਉਹ ਟੈਕਸਟ ਮੈਸੇਜਸ ਪਰਸਨਲ ਨੇ ਉਹ ਪਬਲਿਕ ਡੋਮੇਨ ਚ ਨਹੀਂ ਆਉਣੇ ਚਾਹੀਦੇ ਮਤਲਬ ਜਗਮੀਤ ਨੇ ਤਾਂ ਗਲਤੀ ਕੀਤੀ ਆ ਲੇਕਿਨ ਕੈਪਟਨ ਅਮਰਿੰਦਰ ਸਿੰਘ ਨੂੰ ਇਹਦੇ ਵਾਸਤੇ ਮਾਫ਼ੀ ਮੰਗਣੀ ਚਾਹੀਦੀ ਬਹੁਤ ਗਲਤ ਕੰਮ ਕੀਤਾ ਹੈ ਕੱਲ ਨੂੰ ਕੋਈ ਵੀ ਕਿਸੇ ਆਗੂ ਵਿੱਚ ਕਨਫਾਈਡ ਨਹੀਂ ਕਰੇਗਾ ਕਿ ਮੈਂ ਆਪਣੀ ਗੱਲ ਇਸ ਨੂੰ ਲਿਖਾਂ ਕਿ ਨਾ ਲਿਖਾਂ ਅਮਰਿੰਦਰ ਸਿੰਘ ਨੂੰ ਸੌ
ਜੀ ਖਹਿਰਾ ਸਾਹਿਬ, ਖਹਿਰਾ ਸਾਹਿਬ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਬੁਲਾਰੇ ਹਨ ਉਹ ਤੁਹਾਡੇ ਉੱਤੇ ਵੀ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆਉਂਦੇ ਹਨ ਕਿ ਸੁਖਪਾਲ ਖਹਿਰਾ ਵੀ ਮੌਕਾ ਪ੍ਰਸਤ ਹੈ, ਪਹਿਲੇ ਕਾਂਗਰਸ ਦੇ ਵਿੱਚ ਰਿਹਾ, ਫਿਰ ਆਮ ਆਦਮੀ ਪਾਰਟੀ ਛੱਡ ਗਿਆ, ਹੁਣ ਆਪਣੀ ਪਾਰਟੀ ਬਣਾ ਲਈ, ਹੁਣ MP ਦੀ ਚੋਣ ਲੜਨ ਦੇ ਲਈ ਬਠਿੰਡਾ ਤੋਂ ਉਮੀਦਵਾਰ ਬਕਾਇਦਾ ਤੌਰ ਦੇ ਉੱਤੇ ਉਤਰਨ ਜਾ ਰਿਹਾ ਅਤੇ ਉਹਨੂੰ ਵੀ ਸੀਟ ਚਾਹੀਦੀ ਹੈ, ਉਹਨੂੰ ਵੀ ਸਿਰਫ ਕੁਰਸੀ ਚਾਹੀਦੀ ਹੈ। ਦੇਖੋ ਮੈਂ ਤਾਂ ਲੜਾਈ ਲੜ ਰਿਹਾ ਜੀ, ਇਹ ਲੜਦੇ ਨੇ ਜਿਹੜੇ ਮੰਤਰੀ ਬਣਨ ਲਈ, ਚੀਫ ਮਿਨਿਸਟਰ ਬਣਨ ਲਈ, ਇਹਨਾਂ ਦੇ ਜਿਹੜੇ ਆਗੂ ਨੇ ਨਾ ਪ੍ਰਕਾਸ਼ ਸਿੰਘ ਬਾਦਲ, ਇਹਨਾਂ ਨੂੰ ਇਤਿਹਾਸ ਨੀ ਪਤਾ ਇੱਥੋਂ ਦੇ ਬੁਲਾਰਿਆਂ ਨੂੰ, ਜਦੋਂ ਪਹਿਲੀ ਵਾਰ 57 ਵਿੱਚ MLA ਬਣੇ ਨੇ ਨਾ, ਉਹ ਗਾਂ ਤੇ ਬੱਚੇ ਦੇ ਜੋੜੇ ਦੇ ਉੱਤੇ ਬਣੇ ਸੀਗੇ ਕਾਂਗਰਸ ਦੀ ਟਿਕਟ ਤੇ, ਔਰ ਛੇਤੀ ਕਾਂਗਰਸ ਦੀ ਟਿਕਟ ਦਾ ਜਿਹੜਾ ਸਮਝੌਤਾ ਸੀ ਮਾਸਟਰ ਤਾਰਾ ਸਿੰਘ ਦਾ, ਉਹ ਟੁੱਟ ਗਿਆ ਸੀ ਕਾਂਗਰਸ ਨਾਲ, ਸਾਰੇ ਅਕਾਲੀ ਦਲ ਦੇ MLA ਵਾਪਸ ਚਲੇ ਗਏ ਸੀਗੇ, ਲੇਕਿਨ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਟਰਮ ਇੱਕ MLA ਦੇ ਲਾਲਚ ਦੀ ਪੂਰੀ ਕੀਤੀ। ਫਿਰ ਉਸ ਤੋਂ ਬਾਅਦ ਪਹਿਲੀ ਵਾਰੀ ਜਦੋਂ ਚੀਫ ਮਿਨਿਸਟਰ ਬਣੇ ਨੇ, ਉਦੋਂ ਵੀ ਇਹ ਕਾਂਗਰਸ ਦੀ ਸਪੋਰਟ, ਕਾਂਗਰਸ MLA ਦੀ ਸਪੋਰਟ ਨਾਲ ਬਣੇ ਨੇ, ਇਹ ਦੂਜਿਆਂ ਨੂੰ ਸਬਕ ਨਾ ਸਿਖਾਉਣ ਜੋ ਅਸੀਂ ਕਰ ਰਹੇ ਹਾਂ। ਮੈਂ ਜੇ ਅਗਰ ਵੀ ਕਾਂਗਰਸ ਛੱਡੀ, 30 ਸਾਲ ਤੋਂ ਬਾਅਦ ਛੱਡੀ ਹੈ ਜੀ, ਥੋੜਾ ਛੱਡਦੀ ਤੇ ਦੋ ਤਿੰਨ ਦਿਨ ਬਾਅਦ ਛੱਡਦੀ, ਹੁਣ ਕੇਜਰੀਵਾਲ ਜੀ ਆਪ ਹੀ ਨਲਾਇਕ ਨਿਕਲੇ, ਉਹ ਮਾਫ਼ੀ ਮੰਗ ਲਏ ਵਿਕਰਮ ਮਜੀਠੀਆ ਤੋਂ, ਔਰ ਨਿੱਤ ਦਿਨ ਅੱਜ ਦੇਖ ਰਹੇ ਤੁਸੀਂ ਜੋ ਕਾਂਗਰਸ ਨਾਲ ਸਮਝੌਤੇ ਦੀ ਮਿੰਨਤਾਂ ਕਰ ਰਹੇ ਨੇ, ਔਰ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਦਾ ਸੁਪਨਾ ਤੋੜ ਦਿੱਤਾ, ਮੈਂ ਹੁਣ ਫਿਰ ਕੀ ਜਾਣਾ, ਮੈਂ ਕਿੱਥੇ ਜਾਵਾਂ। ਮੈਂ ਤਾਂ ਇੱਕ ਪੰਜਾਬ ਦੀ ਖੇਤਰੀ ਪਾਰਟੀ ਬਣਾਈ ਆ, ਨਾ ਮੈਂ ਕਿਸੇ ਬਾਦਲ ਨੂੰ ਵੱਲ ਗਿਆ, ਨਾ ਮੈਂ ਕਿਸੇ ਕਾਂਗਰਸ ਵੱਲ ਗਿਆ, ਅਸੀਂ ਤਾਂ ਸਟਰਗਲ ਕਰ ਰਹੇ ਹਾਂ ਝੰਡਾ ਚੱਕ ਕੇ, ਔਰ ਚੰਗੇ ਬੰਦਿਆਂ ਨੂੰ ਪੰਜਾਬ ਦੇ ਵਿੱਚ ਅੱਗੇ ਲੈ ਕੇ ਆ ਰਹੇ ਹਾਂ। 6 ਪਾਰਟੀਆਂ ਦਾ ਗੱਠਜੋੜ ਖੜਾ ਕੀਤਾ, ਡਾਕਟਰ ਧਰਮਵੀਰ ਗਾਂਧੀ, ਬੈਂਸ ਬ੍ਰਦਰਸ, ਆਪਣੇ CPI, ਬਾਸਲਾ ਸਾਹਿਬ ਦਾ ਗਰੁੱਪ, ਸਾਡੀ ਆਪਣੀ ਪਾਰਟੀ, ਬਹੁਜਨ ਸਮਾਜ ਪਾਰਟੀ। ਦੱਸੋ ਮੈਨੂੰ ਪੰਜਾਬ ਦੇ ਵਿੱਚ ਕਿੰਨੇ ਕਿਹੜੇ ਲੋਕ ਨੇ ਜਿਹਨਾਂ ਨੇ ਇੰਨੇ ਤਿੰਨੀਆਂ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਖੜਾ ਕੀਤਾ। ਇਸ ਲਈ ਇਹ ਜੋ ਮਰਜ਼ੀ ਕਹੀ ਜਾਣ, ਇਹਨਾਂ ਦੀ ਤਾਂ ਆਦਤ ਹੈ, ਔਰ ਇਹਨਾਂ ਨੇ ਜੋ ਭ੍ਰਿਸ਼ਟਾਚਾਰ ਕੀਤਾ ਬਾਦਲ ਦਿੱਲੀਆਂ ਨੇ ਪਿਛਲੇ 10 ਸਾਲ, ਜੋ ਪੰਜਾਬ ਚ ਨਸ਼ਾ ਵੇਚਿਆ, ਜੋ ਮਾਈਨਿੰਗ ਕੀਤੀ, ਉਹਦਾ ਤੌਬਾ ਮੇਰੀ, ਇਹ ਤਾਂ ਹੁਣ ਲੋਕ ਹੀ ਜਵਾਬ ਦੇਣਗੇ ਇਹਨਾਂ ਨੂੰ ਕਚਹਿਰੀ ਤੇ। ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ, ਬਿਲਕੁਲ ਬਿਲਕੁਲ ਦੇ ਵਿੱਚ ਗੋਲੀਆਂ ਮਾਰ ਕੇ ਸਿੱਖ ਮਾਰ ਦਿੱਤੇ। ਮਿਹਰਬਾਨੀ ਸੁਖਪਾਲ ਖਹਿਰਾ ਜੀ, ਮੇਰੇ ਕੋਲ ਸਮਾਂ ਨਹੀਂ ਹੈਗਾ, ਮੈਂ ਤੁਹਾਡੇ ਬਿਆਨ ਹੋਰ ਵੀ ਸੁਣਨਾ ਚਾਹੁੰਦਾ ਸੀਗਾ, ਲੇਕਿਨ ਸਮੇਂ ਦੀ ਘਾਟ ਹੋਣ ਦੇ ਕਾਰਨ ਮੈਨੂੰ ਤੁਹਾਨੂੰ ਇੱਥੇ ਹੀ ਰੋਕਣਾ ਪੈ ਰਿਹਾ। ਥੈਂਕ ਯੂ ਵੈਰੀ ਮਚ ਸਾਡੇ ਨਾਲ ਆਉਣ ਦੇ ਲਈ। ਸੋ ਇਹ ਸੀਗੇ ਸੁਖਪਾਲ ਖਹਿਰਾ, ਪੰਜਾਬ ਏਕਤਾ ਪਾਰਟੀ ਤੋਂ, ਜੋ ਆਪਣੇ ਬਿਆਨ ਦਿੰਦੇ ਹੋਏ ਨਜ਼ਰ ਆਏ, ਔਰ ਅੱਜ ਜਗਮੀਤ ਬਰਾੜ ਜਦ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਦੇ ਹਨ ਤਾਂ ਸੁਖਪਾਲ ਖਹਿਰਾ ਆਪਣੇ ਅੰਦਾਜ਼ ਦੇ ਵਿੱਚ ਬੋਲਦੇ ਹੋਏ ਨਜ਼ਰ ਆਏ। ਮੈਂ ਫਿਲਹਾਲ ਇੱਕ ਬ੍ਰੇਕ ਲਈ ਰੁਕ ਰਿਹਾ, ਔਰ ਬ੍ਰੇਕ ਤੋਂ ਬਾਅਦ ਲਵਾਂਗਾ ਤੁਹਾਡੀ ਫੋਨ ਕਾਲਸ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਅਤੇ ਸਾਡੇ ਸਰ ਨਾਲ ਕਾਫੀ ਸਾਰੇ ਇਸ ਟਾਈਮ ਕਾਲਰਸ ਜੁੜੇ ਹੋਏ ਹਨ, ਉਹਨਾਂ ਦੇ ਆਪਾਂ ਵਿਚਾਰ ਲੈ ਲੈਣੇ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਦਰਸ਼ਨ ਬੋਲਦਾ ਜੀ, ਲਾਸ ਏਂਜਲਸ ਤੋਂ। ਜੀ ਸਤਿ ਸ਼੍ਰੀ ਅਕਾਲ ਦਰਸ਼ਨ ਸਿੰਘ ਜੀ, ਕੀ ਵਿਚਾਰ ਰੱਖਣੇ ਚਾਹੋਗੇ? ਬਹੁਤ ਦੁਖਦਾਈ ਹੈ ਜੀ, ਇਹ ਆਪਣੇ ਹਿੰਦੁਸਤਾਨ ਦਾ ਜਿਹੜਾ ਢਾਂਚਾ ਨਾ, ਇਹ ਬਹੁਤ ਦੁਖਦਾਈ ਹੈ। ਜਿਹੜੇ ਇਹੋ ਜਿਹੇ ਲੋਕ ਗਏ ਹੈ ਨਾ, ਉਹ ਉਸ ਲੋਕਾਂ ਦਾ ਵਿਸ਼ਵਾਸ ਤੋੜ ਕੇ ਜਾਂਦੇ ਆ। ਹੁਣ ਦੇਖੋ, ਇਹ ਸਾਰੇ ਜੀ ਗਏ ਆ, ਖਹਿਰਾ ਵੀ ਗਿਆ ਸੀਗਾ, ਹੁਣ ਜਿਹੜਾ ਬੋਲ ਕੇ ਗਿਆ ਥੋੜੀ ਦੇਰ ਪਹਿਲਾਂ, ਇਹਨੂੰ ਤਾਂ ਕੁਛ ਮਿਲਣਾ ਨੀ ਖਹਿਰੇ ਨੂੰ ਤਾਂ, ਉਹ ਤਾਂ ਕੁਛ ਨਾ ਕੁਛ ਲੈ ਡਿੱਗਣਾ ਉਹਨੇ, ਮੈਨੂੰ ਲੱਗਦਾ ਹੈ ਜਿਹੜਾ ਜਗਮੀਤ ਬਰਾੜ ਆ, ਕਿਉਂਕਿ ਉਹਦੇ ਮਗਰ ਪਾਰਟੀ ਖੜੀ ਹੈ। ਖਹਿਰੇ ਦੀ ਜ਼ਬਾਨ ਤਾਂ ਜਬ ਸਾਰਿਆਂ ਲਈ ਹੋਣੀ ਹੈ, ਠੀਕ ਹੈ ਨਾ। ਇਹਨੇ ਹੋਰ ਵੀ ਗੁਨਾਹ ਕੀਤਾ ਬਹੁਤ ਵੱਡਾ, ਇਹਨੂੰ ਬਹੁਤ ਵੱਡੀ LOP ਦੀ ਕਾਂਗਰਸ ਪਾਰਟੀ ਨੇ ਦਿੱਤੀ ਸੀ, ਪੋਸਟ ਦਿੱਤੀ ਸੀ, ਸਾਰਿਆਂ ਨਾਲੋਂ ਵੱਡੀ ਸੀਗੀ, ਉਹ ਦਿੱਤੀ ਹੋਈ ਸੀ। ਜੇ ਉਹਨੂੰ ਲੈ ਲਈ ਤਾਂ ਇਹ ਉਸ ਪਾਰਟੀ ਛੱਡ ਕੇ ਆ ਗਿਆ, ਪਰ ਚਲੋ ਖੈਰ ਆਪਣੀ ਦਲ ਬਦਲੂ ਤੇ ਗੱਲ ਚੱਲਦੀ ਹੈ। ਜਿਹੜੇ ਦਲ ਬਦਲੂ ਆ ਜੀ, ਇਹ ਬਹੁਤ ਮਾੜੀ ਗੱਲ ਹੈ। ਮੈਂ ਕਹਿੰਦਾ ਜੇ ਲੋਕਾਂ ਦੀ ਕਾਮਨ ਸੈਂਸ ਆਪਣੀ ਘੱਟ ਹੈਗੀ ਹੈ, ਜਾਂ ਮੰਨ ਲਓ ਜਾਗਰਤ ਘੱਟ ਹੈਗੇ ਪੋਲੀਟੀਕਲੀ ਤੌਰ ਤੇ, ਜੇ ਪੋਲੀਟੀਕਲ ਤੌਰ ਤੇ ਥੋੜੀ ਜਿਹੀ ਜਾਗਰਤ ਹੋਣ ਤਾਂ ਇਹਨਾਂ ਨੂੰ ਸਬਕ ਸਿਖਾਉਣ, ਇਹਨਾਂ ਨੂੰ ਪਤਾ ਲੱਗ ਜਾਵੇ ਵੀ ਇੱਕ। ਹੁਣ ਦੇਖੋ ਨਾ, ਇੱਕਦਮ ਪਹਿਲਾਂ ਕਾਂਗਰਸ ਦੇ ਗੁਣਗਾਨ ਕਰਦਾ ਸੀ, ਆਪਣਾ ਹੁਣ ਅਕਾਲੀਆਂ ਦੇ ਕਰੂਗਾ, ਇੱਕਦਮ ਕਿਵੇਂ ਹਿਰਦਾ ਚੇਂਜ ਹੋ ਸਕਦਾ? ਠੀਕ ਹੈ ਠੀਕ ਹੈ, ਸਭ ਐਡੀ ਛੇਤੀ ਜੁੱਤੀ ਨਹੀਂ ਬਦਲੀ ਜਾ ਸਕਦੀ। ਜੀ ਜੀ ਜੀ, ਦਰਸ਼ਨ ਸਿੰਘ ਜੀ, ਮਿਹਰਬਾਨੀ ਤੁਹਾਡੀ, ਮੇਰੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਬਾਟ ਸਾਹਿਬ, ਕੀ ਵਿਚਾਰ ਰੱਖਣਾ ਚਾਹੋਗੇ? ਇਹ ਭਾਜੀ ਫੁੱਟਬਾਲ ਬਣ ਚੁੱਕੇ ਨੇ, ਕਿ ਆਪਣੇ ਕੀ ਹੈ ਜਗਮੀਤ ਬਰਾੜ ਨੂੰ ਨਹੀਂ ਤੇ ਫੁੱਟਬਾਲਾਂ ਦੇ ਵਿੱਚ ਪਾਰਟੀ ਵਿੱਚ ਜਾ ਡਿੱਗੇ ਨੇ, ਕਿਉਂਕਿ ਇਹਨਾਂ ਨੂੰ ਕਿਸੇ ਨੇ ਹੁਣ ਪੁੱਛਣਾ ਹੀ, ਅਕਾਲੀ ਦਲ ਵੀ ਫੁੱਟਬਾਲਾਂ ਦੀ ਪਾਰਟੀ ਆ, ਬਸ ਆਹੀ ਕਹਿਣਾ ਸੀ। ਮਿਹਰਬਾਨੀ ਤੁਹਾਡੀ, ਮਿਹਰਬਾਨੀ। ਤੇ ਇੱਥੇ ਮੈਂ ਵੇਖ ਪਾ ਰਿਹਾ ਕਿ ਕਾਫੀ ਸਾਰੇ ਵਿਚਾਰ ਜਿਹੜੇ ਸਾਡੇ ਦਰਸ਼ਕ ਨੇ ਉਹ ਇਸ ਗੱਲ ਨਾਲ ਸਹਿਮਤ ਹੋ ਰਹੇ ਹਨ ਕਿ ਜਗਮੀਤ ਬਰਾੜ ਨੇ ਜੋ ਫੈਸਲਾ ਲਿਆ ਉਹ ਫੈਸਲਾ ਬਿਲਕੁਲ ਵੀ ਠੀਕ ਨਹੀਂ ਹੈਗਾ, ਕਿਉਂਕਿ ਆਵਾਜ਼ ਏ ਪੰਜਾਬ ਦੇ ਨਾਲ ਉਹਨਾਂ ਨੂੰ ਨਵਾਜਿਆ ਗਿਆ, ਔਰ ਬਹੁਤ ਹੀ ਵਧੀਆ ਤਰੀਕੇ ਨਾਲ
ਜਦੋਂ ਭਾਸ਼ਣ ਦਿੰਦੇ ਸਨ ਤਾਂ ਲਾਈਕ ਮਾਈਂਡਡ ਲੋਕਾਂ ਦੇ ਵਿੱਚ ਆਪਣਾ ਨਾਂ ਲਿਖਵਾਉਂਦੇ ਸਨ ਔਰ ਉਹਨਾਂ ਦੀ ਸ਼ਮੂਲੀਅਤ ਜਿਹੜੀ ਸੀਗੀ ਉਹ ਉਹਨਾਂ ਸਾਰੇ ਇੰਟਲੈਕਚੁਅਲ ਵਰਗ ਦੇ ਵਿੱਚ ਸੀਗੀ ਔਰ ਅੱਜ ਜਦ ਉਹ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਦੇ ਹਨ ਤਾਂ ਫਿਰ ਇੱਕ ਵੱਡਾ ਸਵਾਲ ਇੱਥੇ ਜ਼ਰੂਰ ਖੜ੍ਹਾ ਹੁੰਦਾ ਕਿ ਉਹਨਾਂ ਦਾ ਸਿਆਸੀ ਭਵਿੱਖ ਜਿਹੜਾ ਉਹ ਹੁਣ ਕਿੱਥੇ ਨਜ਼ਰ ਆਉਂਦਾ ਤਾਂ ਇਹ ਗੱਲ ਕਹਿਣੀ ਲਾਜ਼ਮੀ ਹੋਵੇਗੀ ਕਿ ਜਦ ਅਸੀਂ ਇੱਕ ਪਾਰਟੀ ਨੂੰ ਛੱਡ ਕੇ ਜਿੱਥੇ ਅਸੀਂ ਬਤੌਰ ਇੱਕ ਡੈਜ਼ਿਗਨੇਸ਼ਨ ਦੇ ਉੱਤੇ ਰਹਿੰਦੇ ਹਾਂ ਔਰ ਦੂਜੀ ਪਾਰਟੀ ਨੂੰ ਜੁਆਇਨ ਕਰਦੇ ਹਾਂ ਔਰ ਜਦ ਉਸ ਪਾਰਟੀ ਦਾ ਕੋਈ ਮਿਆਰ ਨਹੀਂ ਹੁੰਦਾ ਤਾਂ ਗੌਰਤਲਬ ਹੈ ਕਿ ਸਾਨੂੰ ਕਿੱਥੇ ਨਾ ਕਿੱਥੇ ਆਪਣੇ ਭਵਿੱਖ ਨੂੰ ਵੇਖਣਾ ਪੈਂਦਾ ਕਿੱਥੇ ਇਹ ਹੁਣ ਵਿੱਚ ਵਿਚਾਲੇ ਤਾਂ ਨਹੀਂ ਰਹਿ ਗਿਆ ਲੇਕਿਨ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਸ ਬ੍ਰੌਡਕਾਸਟਿੰਗ ਵੀ ਤੁਹਾਨੂੰ ਪਲ ਪਲ ਦੀ ਜਾਣਕਾਰੀ ਪੰਜਾਬ ਲੋਕ ਸਭਾ ਚੋਣਾਂ ਨੂੰ ਲੈ ਕੇ 2019 ਦੀਆਂ ਚੋਣਾਂ ਨੂੰ ਲੈ ਕੇ ਜਾਣਕਾਰੀ ਦਿੰਦਾ ਰਹੇਗਾ ਲੇਕਿਨ ਜੇਕਰ ਤੁਸੀਂ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਹੇਠ ਲਿਖੇ ਈਮੇਲ ਆਈਡੀ ਦੇ ਉੱਤੇ ਭੇਜ ਸਕਦੇ ਹੋ hrkeerat@justbroadcasting.com info@justbroadcasting.com ਦੇ ਉੱਤੇ। ਫਿਲਹਾਲ ਅੱਜ ਦੇ ਇਸ ਮੁੱਦੇ ਦੇ ਵਿੱਚ ਇੰਨਾ ਹੀ ਔਰ ਤੁਹਾਡਾ ਵੀਕਐਂਡ ਜਿਹੜਾ ਵਧੀਆ ਰਹੇ ਹੱਸਦੇ ਰਹੋ ਔਰ ਵੇਖਦੇ ਰਹੋ ਜਸ ਪੰਜਾਬੀ। ਸਤਿ ਸ਼੍ਰੀ ਅਕਾਲ ਧੰਨਵਾਦ।